ਕਿਹੜੀ ਉਮਰ ਵਿੱਚ ਹੋ ਰਹੀ ਹੈ ਪਤਾ ਨਹੀਂ ਪਰਮਾਤਮਾ ਨੇ ਲੈ ਜਾਣਾ ਇੱਕ ਬਹਾਦਰ ਸਾਹਿਬ ਪੜਾ ਦਿੰਦੇ ਜਦੋਂ ਸਾਡੇ ਪਿੰਡਾਂ ਵਿੱਚ ਕਿਹਾ ਜਾਂਦਾ ਜੀ ਨੌਵੇਂ ਮਹਾਲੇ ਦੇ ਸਲੋਕ ਪੜ੍ਹੇ ਜਾ ਰਹੇ ਹੈ ਆਓ ਤੁਸੀਂ ਆ ਕੇ ਸਲੋਕ ਠੀਕ ਹੈ ਅੱਜ ਅਸੀਂ ਬਾਣੀ ਦੇ ਸਹਿਜ ਪਾਠ ਵੀ ਕਰਾਉਂਦੇ ਹਾਂ ਬਾਣੀ ਦੇ ਅਖੰਡ ਪਾਠ ਵੀ ਕਰਾਉਂਦੇ ਹਾਂ ਪਰ ਸਾਡੇ ਅੰਦਰ ਅੱਜ ਬਾਣੀ ਸੁਣਨ ਦੀ ਭਾਵਨਾ ਖਤਮ ਹੋ ਗਈ ਅੱਜ ਤੁਸੀਂ ਵੇਖਿਆ ਵੀ ਬਹੁਤੇ ਲੋਕ ਤੇ ਭੋਗ ਵੇਲੇ ਵੀ ਬਹਿ ਕੇ ਬਾਣੀ ਨਹੀਂ ਸੁਣ ਸਿਰਫ ਅਸੀਂ ਇਹਨੂੰ ਖਾਣਾ ਪੂਰਤੀ ਬਣਾ ਕੇ ਰੱਖਿਆ ਹੋਇਆ ਹਾਲਾਂਕਿ ਮੇਰਾ ਵਿਸ਼ਾ ਨਹੀਂ ਤੇ ਜਦੋਂ ਅਸੀਂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਬਦ ਪੜ੍ਹਦੇ ਹਾਂ ਤੇ ਮਹਾਰਾਜ ਕਹਿੰਦੇ ਬਾਲ ਜਵਾਨੀ ਅਰ ਬਿਰਧ ਗੁਣ ਤਿੰਨ ਅਵਸਥਾ ਜਨ ਕਹਿੰਦੇ ਹੈ ਮਨੁੱਖ ਤੇਰੇ ਜੀਵਨ ਦੀਆਂ ਤਿੰਨ ਅਵਸਥਾਵਾਂ ਨੇ ਤੇਰੇ ਜੀਵਨ ਦੇ ਤਿੰਨ ਪੜਾਅ ਨੇ ਪਹਿਲਾ ਹੈ ਬਚਪਨ ਤੇ ਦੂਸਰਾ ਹੈ ਜਵਾਨੀ ਤੀਸਰਾ ਹੈ ਬੁਢੇਪਾ ਇੱਕ ਗੱਲ ਚੇਤੇ ਰੱਖੀ ਬਚਪਨ ਜਵਾਨੀ ਵਿੱਚ ਬਦਲੇਗਾ ਜਵਾਨੀ ਬੁਢੇਪੇ ਵਿੱਚ ਬਦਲੇਗੀ ਬੁਢੇਪਾ ਅਖੀ ਨੂੰ ਮੌਤ ਵਿੱਚ ਤਬਦੀਲ ਹੋ ਜਾਣਾ ਹੈ ਪਰ ਕੋਈ ਪਤਾ ਨਹੀਂ ਬਚਪਨ ਤੋਂ ਬਾਅਦ ਤੂੰ ਜਵਾਨੀ ਵਿੱਚ ਅੱਪੜਨਾ ਕਿ ਨਹੀਂ ਅੱਪੜਨਾ ਕਿਉਂਕਿ ਕਈਆਂ ਦੀ ਮੌਤ ਬਚਪਨ ਵਿੱਚ ਹੀ ਹੋ ਜਾਂਦੀ ਹੈ ਮਾਲਕ ਦੀ ਮਰਜ਼ੀ ਨਹਿ ਬਾਰਕ ਨਹਿ ਜੋਬਨ ਹੈ ਨਹਿ ਬਿਰਧੀ ਕਸ਼ ਬੰਦ ਬੰਦ ਦਰਦ ਦਾ ਰੁਕਾਵਟ ਮਹਾਰਾਜ ਕਹਿੰਦੇ ਮੌਤ ਨੂੰ ਕਿਸੇ ਵੀ ਉਮਰ ਵਿੱਚ ਆਉਣ ਦੀ ਰੁਕਾਵਟ ਨਹੀਂ ਹੈ ਮੌਤ ਬਚਪਨ ਵਿੱਚ ਵੀ ਆ ਸਕਦੀ ਹੈ ਮੌਤ ਜਵਾਨੀ ਵਿੱਚ ਵੀ ਆ ਸਕਦੀ ਹੈ ਤੇ ਬੁਢੇਪੇ ਤੋਂ ਬਾਅਦ ਤੇ ਮੌਤ ਨੇ ਆਉਣਾ ਨਹੀਂ ਆਉਣਾ ਮੈਂ ਜਿਹੜੀ ਬੇਨਤੀ ਕਰ ਰਿਹਾ ਬਚਪਨ ਜਵਾਨੀ ਵਿੱਚ ਬਦਲੇਗਾ ਜਵਾਨੀ ਬੁਢੇਪੇ ਵਿੱਚ ਬਦਲੇਗੀ ਤੇ ਗੁਰਮੁਖੋਂ ਬੁਢੇਪਾ ਮੌਤ ਵਿੱਚ ਤਬਦੀਲ ਹੋਣਾ ਹੈ ਪਰ ਸੱਚੇ ਪਾਤਸ਼ਾਹ ਜੀ ਨੇ ਇੱਕ ਗੱਲ ਨਾਲ ਹੀ ਕਹੀ ਕਹਿੰਦੇ ਬਾਦ ਜਵਾਨੀ ਅਰ ਬਿਰਧ ਗੁਣ ਤੀਨ ਅਵਸਥਾ ਜਾਣ ਪਰ ਮਾਲਕ ਜੀ ਕਹਿੰਦੇ ਇੱਕ ਗੱਲ ਚੇਤੇ ਰੱਖੀ ਕਹੋ ਨਾਨਕ ਹਰ ਭਜਨ ਬਿੜ ਬਿਰਧਾ ਸਭ ਹੀ ਮਾਨ ਕਹਿੰਦੇ ਠੀਕ ਹੈ ਮੌਤ ਕਿਸੇ ਵੀ ਉਮਰ ਵਿੱਚ ਆਵੇ ਪਰ ਇੱਕ ਗੱਲ ਦਾ ਖਿਆਲ ਰੱਖੀ ਜੇ ਪਰਮਾਤਮਾ ਦਾ ਨਾਮ ਨਾ ਸਿਮਰਿਆ ਪਰਮਾਤਮਾ ਦੀ ਯਾਦ ਵਿੱਚ ਨਾ ਜੁੜਿਆ ਤੇ ਮਹਾਰਾਜ ਕਹਿੰਦੇ ਨਾ ਤੇਰਾ ਬਚਪਨ ਪਰਵਾਨ ਹੋਣਾ ਤੇ ਨਾ ਜਵਾਨੀ ਪਰਵਾਨ ਹੋਣੀ ਹੈ ਤੇ ਨਾ ਤੇਰਾ ਬੁਢੇਪਾ ਪਰਵਾਨ ਹੋਣਾ ਇਸੇ ਨੂੰ ਮਹਾਰਾਜ ਨੇ ਆਖਿਆ ਸਾਧੋ ਗੋਬਿੰਦ ਕੇ ਗੁਣ ਗਾਵੋ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗਵਾਵੋ ਗੁਣ ਗੋਬਿੰਦ ਗਾਇਓ ਨੇ ਆਓ ਬਾਣੀ ਕੇ ਪੰਕਤੀ ਆਪਾਂ ਸਾਰੇ ਪਿਆਰ ਨਾਲ ਪੜ੍ਹੀਏ ਅੱਗੇ ਫਿਰ ਮੈਂ ਕੁਝ ਵਿਚਾਰ ਆਪ ਜੀ ਨਾਲ ਅਭਿਆਸ ਵੀ ਕਰਾਂਗਾ ਉਸ ਤੋਂ ਬਾਅਦ ਸਾਡੇ ਸਤਿਕਾਰਯੋਗ ਭਾਈ ਅਵਤਾਰ ਸਿੰਘ ਜੀ ਮਸਤੋਣਾ ਸਾਹਿਬ ਵਾਲੇ ਉਹਨਾਂ ਨੇ ਆਪ ਜੀ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਉਣੀ ਹੈ ਆਓ ਆਪਾਂ ਸਾਰੇ ਪਿਆਰ ਨਾਲ ਪੜ੍ਹੀਏ ਵੀ ਮਨੁੱਖਾ ਜੀਵਨ ਦਾ ਮਕਸਦ ਕੀ ਮੈਂ ਰੱਬ ਦਾ ਵਿੱਚ ਬੇਨਤੀ ਕੀਤੀ ਸੀ ਨਾ ਵੀ ਮਹਾਰਾਜ ਨੇ ਤਿੰਨ ਗੱਲਾਂ ਦਾ ਜ਼ਿਕਰ ਖਾਸ ਕਰਕੇ ਬਾਣੀ ਵਿੱਚ ਕੀਤਾ ਕਿ ਇੱਕ ਤੇ ਮਨੁੱਖਾ ਜੀਵਨ ਦੀ ਸ੍ਰੇਸ਼ਟਾ ਦੱਸੀ ਮਨੁੱਖਾ ਜੀਵਨ ਦੀ ਮਹਾਨਤਾ ਦੱਸੀ ਹੈ ਤੇ ਦੂਸਰਾ ਮਹਾਰਾਜ ਨੇ ਮਨੁੱਖਾ ਜੀਵਨ ਦੇ ਅਟਲ ਸਚਾਈ ਮੌਤ ਦਾ ਚੇਤਾ ਕਰਵਾਇਆ ਤੇ ਤੀਸਰਾ ਮਹਾਰਾਜ ਨੇ ਮਨੁੱਖਾ ਜੀਵਨ ਦਾ ਮਨੋਰਥ ਦੱਸਿਆ ਭਈ ਪ੍ਰਾਪਤ ਮਨੁੱਖ ਦਿਹੋਰੀਆ ਗੋਬਿੰਦ ਮਿਲਣ ਦੀ ਇਹ ਤੇਰੀ ਬਲੀਆ ਤੇ ਮਹਾਰਾਜ ਕਹਿੰਦੇ ਮਨੁੱਖਾ ਜੀਵਨ ਪਰਮਾਤਮਾ ਦੇ ਮਿਲਾਪ ਦਾ ਸਮਾਂ ਹੈ ਭਈ ਪ੍ਰਾਪਤ ਵੈਸੇ ਮੈਂ ਬੇਨਤੀ ਕਰਾਂ ਗੁਰਮੁਖੋ ਇਹ ਮਨੁੱਖਾ ਜਨਮ ਸਾਨੂੰ ਐਵੇਂ ਨਹੀਂ ਮਿਲ ਗਿਆ ਮਹਾਰਾਜ ਕਹਿੰਦੇ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ ਮਹਾਰਾਜ ਕਹਿੰਦੇ ਇੱਕ ਕੰਮ ਕਰੋ ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਇਹੀ ਲਾਓ ਕਹਿੰਦੇ ਪਰਮਾਤਮਾ ਦੇ ਨਾਮ ਨਾਲ ਜੁੜ ਬੰਦਗੀ ਕਰ ਜੀਵਨ ਵਿੱਚ ਨਿਰਮਲ ਕਰਮ ਕਰ ਮਨੁੱਖਾ ਜੀਵਨ ਦਾ ਇਹੀ ਲਾਹਾ ਹੈ ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਇਹੀ ਲਾਹੋ ਅੱਗੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਕਹਿੰਦੇ ਜਬ ਤੱਕ ਜਰਾ ਰੋਗ ਨਹੀਂ ਆਏ ਜਰ ਕਹਿੰਦੇ ਬੁਢੇਪੇ ਕਿਉਂਕਿ ਬੁਢੇਪੇ ਵਿੱਚ ਜਾ ਕੇ ਸਰੀਰ ਦੇ ਅੰਗ ਸਾਫ਼ ਨਹੀਂ ਦਿੰਦੇ ਸਿਰ ਕੰਮਜ਼ੋਰ ਪਗ ਡੱਕ ਮਗੇ ਨੈਣ ਜੋਗ ਤੇ ਹੀਨ ਕਹੋ ਨਾਨਕ ਜੀ ਬਿਲ ਭਈ ਸੌਣਾ ਹਰਦ ਸਰੀਰ ਮਾਲਕ ਜੀ ਕਹਿੰਦੇ ਜਬ ਤੱਕ ਜਰਾ ਰੋਗ ਨਹੀਂ ਆਇਆ ਜਬ ਤੱਕ ਕਾਲ ਬਰਸੀ ਨਹੀਂ ਕਾਇਆ ਜਬ ਤੱਕ ਬਿਕਲ ਭਈ ਨਹੀਂ ਬਾਣੀ
ਭਜ ਦੇ ਰੇਮਨ ਸਾਰੰਗ ਪਾਣੀ ਆਪਣਾ ਭਜਸ ਭਜਸ ਕਬ ਭਾਈ। ਮਹਾਰਾਜ ਕਹਿੰਦੇ ਮਨੁੱਖਾ ਜੀਵਨ ਦੇ ਸਮੇਂ ਵਿੱਚ ਮਾਲਕ ਨੂੰ ਚੇਤੇ ਨਹੀਂ ਕਰਦਾ। ਇੱਕ ਗੱਲ ਚੇਤੇ ਰੱਖੀ, ਜਦੋਂ ਅੰਤਲਾ ਸਮਾਂ ਨੇੜੇ ਆ ਗਿਆ ਨਾ, ਫਿਰ ਜਪਣ ਦਾ ਯਤਨ ਵੀ ਕਰੇਗਾ ਪਰ ਜਪਿਆ ਨਹੀਂ ਜਾਣਾ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਪਾਇਆ, ਜਬ ਲਗ ਪਿਤਲ ਭਰੀ ਨਹੀਂ ਬਾਣੀ। ਭਜ ਲੈ ਰੇਮਨ ਸਾਰਕ ਪਾਣੀ ਆਪਣਾ ਭਜਸ ਭਜਸ ਕਬ ਭਾਈ। ਆਵੈ ਅੰਤ ਨ ਭਜਿਆ ਜਾਈ। ਤੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ, ਸਾਧੋ ਗੋਬਿੰਦ ਕੇ ਗੁਣ ਗਾਵੋ। ਸਾਧੋ ਅਰਥ ਹੈ ਹੇ ਸਤ ਸੰਗੀ ਜੜੋ, ਉਸ ਮਾਲਕ ਪਰਮਾਤਮਾ ਦੇ ਗੁਣਾਂ ਨਾਲ ਜੁੜੋ। ਕਿਉਂਕਿ ਮਹਾਰਾਜ ਨੇ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਕਾਰਤ ਕੀ। ਵੈਸੇ ਇਹਨਾਂ ਸ਼ਬਦਾਂ ਦਾ ਜਿਹੜਾ ਪਾਠ ਹੈ ਦੋ ਤਰੀਕੇ ਨਾਲ ਕੀਤਾ ਜਾਂਦਾ। ਕਈ ਤੇ ਪੜ੍ਹਦੇ ਆ ਗੁਣ ਗੋਬਿੰਦ ਗਾਇਓ ਨਹੀਂ ਜਨਮ ਕਾਰਤ ਕੀ, ਕਈ ਪੜ੍ਹਦੇ ਆ ਗੁਣ ਗੋਬਿੰਦ ਗਾਇਓ ਨਹੀਂ ਜਨਮ ਕਾਰਤ ਕੀ। ਗੱਲ ਤੇ ਸਮਝਣ ਵਾਲੀ ਹੈ। ਆਓ ਇਹਨਾਂ ਪੰਕਤੀਆਂ ਨੂੰ ਆਪਾਂ ਪਿਆਰ ਦੇ ਨਾਲ ਪੜ੍ਹੀਏ। ਗੋਬਿੰਦ ਕੇ ਗੁਣ ਗਾਵੋ ਸਾਧੋ, ਗੋਬਿੰਦ ਕੇ ਗੁਣ ਗਾਵੋ, ਗੋਬਿੰਦ ਕੇ ਗੁਣ ਗਾਵੋ ਸਾਧੋ, ਗੋਬਿੰਦ ਕੇ ਗੁਣ ਗਾਵੋ, ਗੋਬਿੰਦ ਕੇ ਜਿਹੜਾ
ਜਿਹੜਾ ਆਇਆ ਤੋਂ ਜਾਏਗਾ ਕਿਉਂਕਿ ਜਨਮ ਵੀ ਮਾਲਕ ਦੇ ਹੁਕਮ ਵਿੱਚ ਹੋਇਆ ਤੇ ਮੌਤ ਵੀ ਪਰਮਾਤਮਾ ਦੇ ਹੁਕਮ ਵਿੱਚ ਹੋਣੀ ਹੈ ਤੇ ਮਾਲਕ ਜੀ ਕਹਿੰਦੇ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਤੇ ਗੁਰਮੁਖੋ ਆਪਾਂ ਸਾਰੇ ਇਸ ਵਾਰੀ ਦੀ ਉਡੀਕ ਦੇ ਵਿੱਚ ਆ ਕਿਉਂਕਿ ਇੱਕ ਦਿਨ ਜੀਵਨ ਦੇ ਸਮੇਂ ਨੇ ਘਟਦਿਆਂ ਘਟਦਿਆਂ ਘਟ ਜਾਣ ਭਗਤ ਫਿਰ ਕਬੀਰ ਜੀ ਦਾ ਸ਼ਬਦ ਪੜ੍ਹੋ ਭਗਤ ਜੀ ਕਹਿੰਦੇ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਪ ਘਟੈ ਆਪ ਕਹਿੰਦੇ ਉਮਰ ਨੂੰ ਗੁਰਮੁਖ ਉਮਰ ਤੇ ਸਾਡੀ ਰੋਜ਼ ਘਟਦੀ ਹੈ ਮਹਾਰਾਜ ਨੇ ਇਸ ਨੂੰ ਬਾਣੀ ਵਿੱਚ ਆਖਿਆ ਜਨਨੀ ਜਾਣਤ ਸੁਧ ਵਡਾ ਹੋਤ ਹੈ ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ ਕੋਈ ਦਿਨ ਐਸਾ ਹੋਏਗਾ ਜਿਹਦੇ ਜਥੇਦਾਰ ਭਾਨ ਸਿੰਘ ਭੌਰਾ ਜੀ ਨੇ ਬੱਚੇ ਦੇ ਰੂਪ ਵਿੱਚ ਜਨਮ ਲਿਆ ਹੁਣ ਉਸ ਤੋਂ ਬਾਅਦ ਫਿਰ ਵੱਡੇ ਹੋਏ ਹੋਣੀ ਜਵਾਨੀ ਆਈ ਵਿਆਹ ਹੋਇਆ ਬੱਚੇ ਹੋਏ ਤੇ ਮੇਰੀ ਇੱਥੇ ਤੱਕ ਮੌਤ ਤੱਕ ਚਲੇ ਆਪਾਂ ਨੇ ਵੀ ਜਾਣ ਤੇ ਮਹਾਰਾਜ ਕਹਿੰਦੇ ਜਾਣਨੀ ਜਾਣਤ ਸੁਧ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ ਮੋਰ ਮੋਰ ਕਰ ਅਧਿਕ ਲਾਜ ਕਰ ਤੇਗਤ ਹੀ ਜਮਰਾਉ ਹੱਸੈ ਤੇ ਭਗਤ ਜੀ ਕਹਿੰਦੇ ਹੈ ਜਿੱਤ ਦਿਹਾੜੈ ਧਨ ਭਰੀ ਸਾਹੇ ਲਈ ਲਿਖਾਏ ਮਲਕ ਜੀ ਕਰਨੀ ਸੁਣੀ ਦਾ ਮੋਹ ਦਿਖਾਲੈ ਆਏ ਜਿੱਤ ਨੇ ਬਾਣੀ ਕੱਢੀ ਹੈ ਖੱਟਾ ਕੋਈ ਭੜਕਾਏ ਸਾਹੇ ਲਿਖੇ ਨਾ ਚੱਲਣੀ ਮਹਾਰਾਜ ਕਹਿੰਦੇ ਜਿਹੜਾ ਮੌਤ ਦਾ ਸਮਾਂ ਪਰਮਾਤਮਾ ਨੇ ਮੁਕਰਰ ਕਰ ਦਿੱਤਾ ਨਾ ਨਿਯਤ ਕਰ ਦਿੱਤਾ ਇਹ ਸਮਾਂ ਟਲਣਾ ਨਹੀਂ ਜਿੰਦੂ ਨੂੰ ਸਮਝਾਏ ਤੇ ਮਹਾਰਾਜ ਕਹਿੰਦੇ ਸਾਰੇ ਆਪੋ ਆਪਣੀ ਜਿੰਦੂ ਨੂੰ ਸਮਝਾਓ ਵੀ ਮੌਤ ਸਾਡੇ ਤੇ ਵੀ ਆਏ ਇਸੇ ਨੂੰ ਭਗਤ ਕਬੀਰ ਜੀ ਕਹਿੰਦੇ ਕਹਿਤ ਕਬੀਰ ਸੁਣੋ ਬਨ ਮੇਰੇ ਇਹੀ ਹਵਾਲ ਹੋਏਗੇ ਤੇਰੇ ਮੈਂ ਬਹੁਤ ਵਾਰੀ ਬੇਨਤੀ ਕਰਦਾ ਨਾ ਵੀ ਜਦੋਂ ਅਸੀਂ ਕਿਸੇ ਨੂੰ ਸ਼ਮਸ਼ਾਨ ਭੂਮੀ ਵਿੱਚ ਲੈ ਕੇ ਜਾਂਦੇ ਹਾਂ ਭਗਤ ਜੀ ਨੇ ਆਖਿਆ ਵੇਖੋ ਬੰਦਾ ਚੱਲਿਆ ਚਹੋ ਜਾਣਿਆਂ ਦੇ ਕੰਨ ਤੇ ਚਾਰ ਭਰਾ ਮੋਢਿਆਂ ਤੇ ਚੁੱਕ ਕੇ ਸ਼ਮਸ਼ਾਨ ਭੂਮੀ ਵਿੱਚ ਲੈ ਕੇ ਜਾਂਦੇ ਆ ਪਰ ਇੱਕ ਗੱਲ ਮੈਂ ਹੋਰ ਕਹਿਣਾ ਹੋਣਾ ਤੁਸੀਂ ਸਿਆਣੇ ਸੱਜਣ ਬੈਠੇ ਹੋ ਸਮਝਦਾਰ ਜ਼ਰੂਰ ਮੇਰੀ ਬੇਨਤੀ ਨੂੰ ਸਮਝੋਗੇ ਮੈਂ ਇੱਕ ਗੱਲ ਕਹਿਣਾ ਵੀ ਮਰਨ ਤੋਂ ਬਾਅਦ ਜਿੱਥੇ ਅਰਥੀ ਨੂੰ ਆਪਣੇ ਮੋਢਾ ਦਿੰਦੇ ਆ ਜਿਹਦੇ ਨੇੜੇ ਦੇ ਰਿਸ਼ਤੇ ਰੱਖਣ ਵਾਲੇ ਹੁੰਦੇ ਆ ਉੱਥੇ ਗੁਰਮੁਖੋ ਰਿਸ਼ਤੇਦਾਰ ਆਂਢ ਗੁਆਂਢ ਦੇ ਲੋਕ ਵੀ ਮੋਢਾ ਦੇ ਦਿੰਦੇ ਆ ਪਰ ਚੰਗਾ ਇਹ ਹੋਵੇ ਜੇ ਅਸੀਂ ਜਿਉਂਦੇ ਜੀ ਬੰਦੇ ਦਾ ਸਹਾਰਾ ਬਣੀ ਮਰਨ ਤੋਂ ਬਾਅਦ ਹੀ ਕਿਸੇ ਨਾ ਕਿਸੇ ਨੇ ਚੁੱਕੀ ਲੈਣ ਜਿਉਂਦੇ ਜੀ ਅਸੀਂ ਬੰਦੇ ਨੂੰ ਡੇਗਣ ਦੇ ਲੱਗੇ ਸੰਸਾਰ ਦੀ ਹਕੀਕਤ ਹੈ ਜਿਉਂਦੇ ਜੀ ਅਸੀਂ ਬੰਦੇ ਨੂੰ ਡੇਗਣ ਦਾ ਯਤਨ ਕਰਦੇ ਹਾਂ ਤੇ ਗੁਰਮੁਖ ਜਿੱਦਣ ਬੰਦਾ ਸਰੀਰ ਕਰਕੇ ਚਲਿਆ ਜਾਂਦਾ ਉਦਣ ਅਸੀਂ ਸਾਰੇ ਉਹਦੇ ਕਾਨੀ ਚੁੱਕਣ ਨੂੰ ਫਿਰਦੇ ਹਾਂ ਵੀ ਬੰਦੇ ਨੂੰ ਚੁੱਕੋ ਜੀ ਹੁਣ ਕੀ ਚੁੱਕਣਾ ਮਿੱਟੀ ਹੈ ਮਹਾਰਾਜ ਜੀ ਕਹਿੰਦੇ ਜੇ ਮ੍ਰਿਤਕ ਕੋ ਚੰਦਨ ਚੜਾਵੈ ਉਸ ਤੇ ਕਹੋ ਕਵਨ ਫਲ ਪਾਵੈ ਜੇ ਮ੍ਰਿਤਕ ਕੋ ਵਿਸ਼ਟਾ ਮਹਿਰ ਲਾਈ ਤਾਂ ਮ੍ਰਿਤਕ ਕਾ ਕਿਆ ਅੰਤ ਜਾਇ ਕਿਤੇ ਸਾਡੀ ਸਿੱਖ ਰਹਿਤ ਮਰਜ਼ਾਦਾ ਵਿੱਚ ਵੀ ਲਿਖੇ ਵੀ ਠੀਕ ਹੈ ਜੀਵ ਚੜਾਈ ਕਰਕੇ ਉਹਦੇ ਸਰੀਰ ਨੂੰ ਕਬੰਨੇ ਲਾਉਣ ਅਸੀਂ ਜਿਹੜਾ ਸਾੜ ਦਿੰਦੇ ਹਾਂ ਕਈ ਧਰਮਾਂ ਦੇ ਵਿੱਚ ਜਿਹੜਾ ਹੋਰ ਤਰੀਕਿਆਂ ਦੇ ਨਾਲ ਜਿਹੜਾ ਕੀਤਾ ਜਾ ਰਿਹਾ ਖੈਰ ਮੈਂ ਜਿਹੜੀ ਬੇਨਤੀ ਕਰਿਆ ਭਗਤ ਜੀ ਕਹਿੰਦੇ ਜਿੰਦੇ ਨੇ ਮਾਰੀ ਕੱਢੀ ਹੈ ਖੱਡਾ ਤੂੰ ਭੜਕਾਏ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ ਜਿੰਦ ਬਹੁਤੀ ਮਰਨ ਵਰ ਲੈ ਜਾਸੀ ਪਰਣਾਏ ਕਹਿੰਦੇ ਜਿੰਦ ਬਹੁਤੀ ਨੂੰ ਇੱਕ ਦਿਨ ਮੌਤ ਰੂਪੀ ਲਾੜਾ ਵਿਆਹ ਕੇ ਲੈ ਜਾਂਦਾ ਤੇ ਮਹਾਰਾਜ ਕਹਿੰਦੇ ਇਹ ਸਮਾਂ ਸਾਰਿਆਂ ਤੇ ਆਉਣਾ ਕਦੇ ਭਗਤ ਕਬੀਰ ਜੀ ਦਾ ਸ਼ਬਦ ਪੜ੍ਹੋ ਐਸੋ ਇਹ ਸੰਸਾਰ ਦੇਖਣਾ ਰਹਿਣ ਨਾ ਕੋ ਪਈ ਹੈ ਰੇ ਸੁਧੇ ਸੁਧੇ ਦੇਖ ਚਲੋ ਤੁਮ ਨਦਰ ਕੋ ਦੱਕਾ ਦੀ ਵਈਆ ਰੇ ਬਾਰੇ ਉੱਤੇ ਤਰਨਾ ਭਈਆ ਸਭ ਨੂੰ ਜੰਮ ਲੈ ਜਾਈਆ ਰੇ ਭਗਤ ਜੀ ਕਹਿੰਦੇ ਮੌਤ ਨੇ ਸਾਰਿਆਂ ਨੂੰ ਲੈ ਜਾਣਾ ਮੌਤ ਨੇ ਕੋਈ ਉਮਰ ਨਹੀਂ ਵੇਖਣੀ ਇੱਕ ਬੇਨਤੀ ਕਰਕੇ ਮੈਂ ਫਤਿਹ ਬੁਲਾਉਣ ਲੱਗ ਗਿਆ ਕਿਉਂਕਿ ਜਥਾ ਆ ਗਿਆ ਗੁਰਮੁਖੋ ਜੇ ਆਪਾਂ ਕਦੇ ਢਾਡੀਆਂ ਦੀ ਗੱਲ ਕਰੀਏ ਵੈਸੇ ਕਦੇ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੋ ਤੇ ਮਹਾਰਾਜ ਨੇ ਆਪਣੇ ਆਪ ਨੂੰ ਵੀ ਮਾਲਕ ਦੇ ਦਰ ਦਾ ਢਾਡੀ ਕਿਹਾ ਢਾਡੀ ਦਰਸ ਹੁੰਦਾ ਪਰਮਾਤਮਾ ਦੇ ਗੁਣ ਗਾਉਣ ਵਾਲਾ ਪਰਮਾਤਮਾ ਦੀ ਸਿਫਤ ਸਲਾਹ ਕਰਨ ਵਾਲਾ ਕਿਉਂਕਿ ਤੁਸੀਂ ਸਾਰੇ ਇਤਿਹਾਸ ਜਾਣਦੇ ਹੋ ਕਿ ਜਦੋਂ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ ਹਾਲਾਂਕਿ ਗੁਰੂ ਅਰਜਨ ਸਾਹਿਬ ਜੀ ਦੀ ਜਿਹੜੀ ਸ਼ਹਾਦਤ ਦੇ ਕਾਰਨ ਜੇ ਆਪਾਂ ਉਹਨਾਂ ਦਾ ਜ਼ਿਕਰ ਕਰੀਏ ਠੀਕ ਹੈ ਕਈ ਵਾਰ ਅਸੀਂ ਕੋਈ ਗੱਲ ਕਹਿੰਦੇ ਹਾਂ ਵੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਜੇ ਲੋਕਾਂ ਨੂੰ ਇਜਾਜ਼ਤ ਦਿੱਤੀ ਸੀ
ਉਹ ਤੇ ਦੂਜੇ ਧਰਮ ਦੇ ਲੋਕਾਂ ਨੂੰ ਵੀ ਖੁੱਲ੍ਹ ਦਿੰਦਾ ਸੀ ਕਿ ਆਪਣੇ ਧਰਮ ਦੇ ਮੁਤਾਬਕ ਜੋ ਉਹਨਾਂ ਦਾ ਅਕੀਦਾ ਹੈ ਉਹਦੇ ਮੁਤਾਬਕ ਉਹ ਚੱਲ ਸਕਦੇ। ਅਕਬਰ ਤੋਂ ਬਾਅਦ ਜਹਾਂਗੀਰ ਚਾਹੁੰਦਾ ਸੀ ਵੀ ਗੱਦੀ ਦਾ ਮਾਲਕ ਮੈਂ ਬਣਾਂ, ਪਰ ਅਕਬਰ ਦਾ ਜਿਹੜਾ ਹਮ ਖਿਆਲੀ ਸੀ ਉਹਦਾ ਪੋਤਰਾ ਸੀ ਖੁਸਰੋ, ਤੇ ਉਹ ਚਾਹੁੰਦਾ ਸੀ ਮੈਂ ਖੁਸਰੋ ਨੂੰ ਗੱਦੀ ਦੇ ਦਿਆਂ। ਪਰ ਗੁਰਮੁਖ ਕੋਲ ਜਿਹੜੇ ਕੱਟਣ ਮੁਸਲਮਾਨ ਸਨ ਜਿਹਦੇ ਵਿੱਚ ਉਹ ਸ਼ੇਖ ਅਹਿਮਦ ਸਰਹੰਦੀ, ਕਿਉਂਕਿ ਸ਼ੇਖ ਅਹਿਮਦ ਸਰਹੰਦੀ ਜਿਹੜਾ ਇਹਦਾ ਜਿਹੜਾ ਗੁਰੂ ਸੀ ਨਾ, ਉਹਨੇ ਇੱਕ ਗੱਲ ਕਹੀ ਸੀ ਵੀ ਤੂੰ ਇਸਲਾਮ ਦਾ ਚਿਰਾਗ ਹੋਏਗਾ, ਤੂੰ ਇਸਲਾਮ ਦਾ ਵਾਅਦਾ ਕਰੇਗਾ। ਇਹਨਾਂ ਨੇ ਜਾ ਕੇ ਨਾਲ ਗੱਲਬਾਤ ਕੀਤੀ ਵੀ ਗੱਦੀ ਲੈਣ ਦੇ ਵਿੱਚ ਤੇਰੀ ਮਦਦ ਅਸੀਂ ਕਰਾਂਗੇ, ਪਰ ਇੱਕ ਕੰਮ ਕਰੀ, ਜਦੋਂ ਤੈਨੂੰ ਗੱਦੀ ਮਿਲ ਜਾਏ ਤੂੰ ਫਿਰ ਇਸ ਤਾਕਤ ਨੂੰ ਇਸਲਾਮ ਦੇ ਵਾਅਦੇ ਲਈ ਵਰਤ। ਹਾਲਾਂਕਿ ਇਤਿਹਾਸ ਆਪਾਂ ਪੜ੍ਹੀਏ ਕਿ ਅਕਬਰ ਨੇ ਬਹੁਤ ਲੰਬਾ ਸਮਾਂ ਰਾਜ ਕੀਤਾ ਤੇ ਜਹਾਂਗੀਰ ਨੇ ਇੱਕ ਵਾਰੀ ਜ਼ਹਿਰ ਦੇ ਕੇ ਵੀ ਮਾਰਨ ਦਾ ਯਤਨ ਕੀਤਾ ਵੀ ਗੱਦੀ ਮੈਨੂੰ ਮਿਲ ਜਾਏ, ਕਿਉਂਕਿ ਗੱਦੀਆਂ ਦਾ ਲਾਲਚੀ ਐਸਾ ਹੁੰਦਾ। ਅੱਜ ਤੁਸੀਂ ਵੇਖੋ ਗੱਦੀਆਂ ਦਿਸੇ ਕੀ ਕੁਛ ਨਹੀਂ ਹੁੰਦਾ। ਮੈਂ ਸੰਖੇਪ ਬੇਨਤੀ ਕਰ ਰਿਹਾ, ਜਦੋਂ ਅਕਬਰ ਚੜ੍ਹਾਈ ਕਰ ਗਿਆ ਨਾ, ਜਹਾਂਗੀਰ ਜਿਹੜਾ ਸੀ ਧੱਕੇ ਨਾਲ ਗੱਦੀ ਤੇ ਬੈਠਿਆ ਮੁਸਲਮਾਨਾਂ ਦੀ ਮਦਦ ਦਾ, ਜਿਹੜੇ ਸ਼ੇਖ ਅਹਿਮਦ ਸਰਹੰਦੀ ਵਰਗੇ ਸੀ। ਉਧਰੋਂ ਇਹਨਾਂ ਦਾ ਜਿਹੜਾ ਪੋਤਾ ਸੀ ਸਹਿਜਾਦਾ ਖੁਸਰੋ, ਇਹਨੇ ਬਗਾਵਤ ਕਰ ਦਿੱਤੀ। ਜਦੋਂ ਇਹਨੇ ਬਗਾਵਤ ਕੀਤੀ ਤੇ ਕਹਿੰਦੇ 1,00,000 ਰੁਪਈਆ ਇਹਨੂੰ ਦੇ ਕੇ ਜਹਾਂਗੀਰ ਨੇ ਭੇਜ ਦਿੱਤਾ ਵੀ ਤੂੰ ਜਾ ਕੇ ਜਿਹੜਾ ਆਗਰੇ ਦਾ ਮਹਿਲ ਹੈ ਨਾ, ਉਹਨੂੰ ਸਵਾਰੇ ਦੇ ਜਾ। ਦਾਦੇ ਦਾ ਮਹਿਲ ਸੀ ਤਾਂ ਦਾਦੇ ਨਾਲ ਬੜਾ ਪਿਆਰ, ਕਿਉਂਕਿ ਖਿਆਲ ਮਿਲਦੇ ਸਨ। ਤੇ ਜਦੋਂ ਗੁਰਮੁਖ ਉਹ ਇਹ ਗਿਆ, ਕਹਿੰਦੇ ਰਸਤੇ ਵਿੱਚ ਇਹਨੇ ਬਗਾਵਤ ਕੀਤੀ, ਆਪਣੇ ਹਮ ਖਿਆਲੀ ਲੋਕਾਂ ਨੂੰ ਨਾ ਲੈਣਾ ਸ਼ੁਰੂ ਕਰ ਦਿੱਤਾ। ਤੇ ਜਦੋਂ ਇਸ ਗੱਲ ਦੀ ਖ਼ਬਰ ਮੁਰਤਜ਼ਾ ਖਾਨ ਨੂੰ ਮਿਲੀ, ਕਿਉਂਕਿ ਮੁਰਤਜ਼ਾ ਖਾਨ ਜਿਹੜਾ ਹੈਗਾ ਸੀ ਉਹ ਸ਼ੇਖ ਅਹਿਮਦ ਸਰਹੰਦੀ ਦਾ ਚੇਲਾ ਸੀ, ਤੇ ਮੁਰਤਜ਼ਾ ਖਾਨ ਜਹਾਂਗੀਰ ਦੇ ਦਰਬਾਰ ਦੇ ਵਿੱਚ ਬਹੁਤ ਵੱਡਾ ਅਹਿਲਕਾਰ ਸੀ। ਤੇ ਜਦੋਂ ਇਹਨੂੰ ਖ਼ਬਰ ਮਿਲੀ, ਇਹਨੇ ਆਪਣੇ ਨਾਲ ਦੇ ਸਾਥੀਆਂ ਨੂੰ ਨਾਲ ਲੈ ਕੇ ਜਦੋਂ ਖੁਸਰੋ ਦਾ ਕਿੱਸਾ ਕਰਨਾ ਸ਼ੁਰੂ ਕਰ ਦਿੱਤਾ, ਮੂਹਰੇ ਮੂਹਰੇ ਗੁਰਮੁਖੋ ਇਹ ਜਿਹੜਾ ਸੀ ਸਹਿਜਾਦਾ ਖੁਸਰੋ, ਮਗਰ ਮਗਰ ਮੁਰਤਜ਼ਾ ਖਾਨ ਦੀਆਂ ਫੌਜਾਂ, ਮੁਰਤਜ਼ਾ ਖਾਨ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਬਗਾਵਤ ਵਿੱਚ ਇਹਦਾ ਸਾਥ ਦਿੱਤਾ ਉਹਨਾਂ ਨੂੰ ਫੜ ਕੇ ਜਹਾਂਗੀਰ ਦੇ ਹਵਾਲੇ ਕਰਦਾ ਰਿਹਾ, ਤੇ ਜਹਾਂਗੀਰ ਨੇ ਉਹਨਾਂ ਨੂੰ ਮਨ ਭਾਉਂਦੀਆਂ ਸਜਾਵਾਂ ਦਿੱਤੀਆਂ। ਪਰ ਜਦੋਂ ਸਭ ਕੁਝ ਨਿਬੜ ਗਿਆ, ਮੈਂ ਜਿਹੜੀ ਬੇਨਤੀ ਕਰਿਆ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦਾ ਕਾਰਨ ਕੀ ਹੈ, ਉਸ ਤੋਂ ਬਾਅਦ ਜਦੋਂ ਸੇਵੇਂ ਪਾਤਸ਼ਾਹ ਗੁਰਤਗਤੀ ਤੇ ਬੈਠੇ ਹੈ, ਕਿਸ ਤਰ੍ਹਾਂ ਮਹਾਰਾਜ ਜੀ ਨੇ ਅਕਾਲ ਤਖ਼ਤ ਦੀ ਸਿਰਜਣਾ ਕੀਤੀ, ਕਿਸ ਤਰ੍ਹਾਂ ਮਹਾਰਾਜ ਨੇ ਢਾਡੀਆਂ ਤੋਂ ਵੀਰ ਰਸੀ ਵਾਰਾਂ ਦਾ ਗੈਣ ਕਰਾਇਆ। ਅੱਜ ਵੀ ਤੁਸੀਂ ਦਰਬਾਰ ਸਾਹਿਬ ਜਾਓ, ਜਿੱਥੇ ਦਰਬਾਰ ਸਾਹਿਬ ਦੇ ਵਿੱਚ ਆਸਾ ਘਰ ਦਾ ਕੀਰਤਨ ਹੁੰਦਾ ਹੈ, ਰਾਗਾਂ ਦੀ ਕੁਰਬਾਨੀ ਪੜ੍ਹੀ ਜਾਂਦੀ ਹੈ, ਤੇ ਗੁਰਮੁਖੋਂ ਉੱਥੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਅੱਜ ਵੀ ਢਾਡੀ ਵਾਰਾਂ ਗਾਈਆਂ ਜਾਂਦੀਆਂ ਸਾਰੀ ਬਾਣੀ ਰਾਗਾਂ ਦੇ ਵਿੱਚ। ਖੈਰ ਮੈਂ ਸੰਖੇਪ ਬੇਨਤੀ ਕਰ ਰਿਹਾ, ਤੇ ਉਸ ਵੇਲੇ ਜਦੋਂ ਸਾਰਾ ਕੁਝ ਨਿਬੜ ਗਿਆ, ਹੁਣ ਗੁਰਮੁਖ ਜਿਹੜੇ ਲੋਕ ਗੁਰੂ ਘਰ ਦੇ ਵਿਰੋਧੀ ਸਨ, ਕਿਉਂਕਿ ਗੁਰੂ ਅਰਜਨ ਸਾਹਿਬ ਦੇ ਸਮੇਂ ਤੱਕ ਸਿੱਖੀ ਦਾ ਜਿਹੜਾ ਬਹੁਤ ਜ਼ਿਆਦਾ ਪਸਾਰਾ ਹੋ ਚੁੱਕਿਆ ਸੀ, ਇਹਨਾਂ ਦੇ ਜਿਹੜੇ ਵੱਡੇ ਵੱਡੇ ਆਗੂ ਸਨ ਜਿਹੜੇ ਸੰਗੀ ਸਰਵਰ ਦੇ, ਉਹ ਭਾਈ ਮਹਿਲੋ ਵਰਗੇ, ਭਾਈ ਨਗਾਹ ਵਰਗੇ, ਉਹ ਗੁਰੂ ਅਰਜਨ ਸਾਹਿਬ ਜੀ ਦੀ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਵਾਲੇ ਪਾਸੇ ਆ ਰਹੇ ਸਨ। ਪਰ ਮੈਂ ਬਹੁਤ ਵਾਰੀ ਬੇਨਤੀ ਕੀਤੀ ਹੈ ਗੁਰਮੁਖੋ, ਗੁਰੂ ਕੇ ਸਿੱਖਾਂ ਨੇ ਸਿੱਖੀ ਪ੍ਰਾਪਤ ਕਰਨ ਦੇ ਲਈ ਪੀਰਾਂ ਫਕੀਰਾਂ ਦੇ ਪੂਜਾ ਨੂੰ ਛੱਡਿਆ, ਮੜੀਆਂ ਮਸਾਣੀਆਂ ਨੂੰ ਛੱਡਿਆ, ਤੇ ਅੱਜ ਦਾ ਸਿੱਖ ਗੁਰੂ ਕੀ ਸਿੱਖੀ ਨੂੰ ਛੱਡ ਕੇ ਮੜੀਆਂ ਮਸਾਣੀਆਂ ਨੂੰ ਪੂਜਾ। ਹਾਲਾਂਕਿ ਮੇਰਾ ਵਿਸ਼ਣ ਮਹਾਰਾਜ ਨੇ ਆਖਿਆ, ਦੁਬਦਾ ਨਾ ਪੜੋ, ਹਰ ਦਿਨ ਹੋਰ ਨਾ ਪੂਜੋ, ਮੜਾ ਮਸਾਣਾ ਜਾਈ। ਤੇ ਗੁਰਮੁਖੋ ਜਦੋਂ ਸਾਰਾ ਕੁਝ ਠੀਕ ਠਾਕ ਹੋ ਗਿਆ ਨਾ, ਕਹਿੰਦੇ ਸੇਖ ਅਹਿਮਦ ਸਰਹੰਦੀ ਨੇ ਇੱਕ ਚਿੱਠੀ ਲਿਖ ਕੇ ਮੁਰਤਜ਼ਾ ਖਾਨ ਦੇ ਰਾਹੀਂ ਜਹਾਂਗੀਰ ਦੇ ਦਰਬਾਰ ਵਿੱਚ ਭੇਜੀ। ਜਹਾਂਗੀਰ ਦੇ ਕੰਨ ਭਰੇ, ਆਖਿਆ ਜਿਹੜਾ ਗੁਰੂ ਘਰ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਅਰਜਨ ਨਾਮੀ, ਫਿਰ ਉੱਥੇ ਉਹਨਾਂ ਨੇ ਸ਼ਬਦਾਵਲੀ ਬਹੁਤ ਮਾੜੀ ਵਰਤੀ ਹੈ, ਤੂੰ ਜੇ ਜਹਾਂਗੀਰ ਤੁਸੀਂ ਪੜ੍ਹੋ, ਆਪਾਂ ਸ਼ਬਦਾਵਲੀ ਨਹੀਂ ਵਰਤ ਸਕਦੇ ਬਾਹਰ, ਕਿਉਂਕਿ ਇਸੀ ਦੇ ਪ੍ਰਤੱਖ ਹਰ ਕਰਕੇ ਉਹਨਾਂ ਨੂੰ ਮੰਨਦੇ। ਕਿ ਉਸ ਵੇਲੇ ਗੁਰਮੁਖ ਜਦੋਂ ਕਿਹਾ ਵੀ ਜਿਹੜਾ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਹੈ, ਜਿਹਨੇ ਤੁਹਾਡੇ ਪੁੱਤਰ ਸਹਿਜਾਦਾ ਖੁਸਰੋ ਨੂੰ ਜਦੋਂ ਉਹ ਬਗਾਵਤ ਕਰਕੇ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਗਿਆ, ਤੇ ਨਾਲੇ ਤੇ ਉਹਨੂੰ ਗੁਰੂ ਘਰ ਵਿੱਚੋਂ ਲੰਗਰ ਛਕਾਇਆ, ਤੇ ਨਾਲੇ ਉਹਦੀ ਮੱਥੇ ਤੇ ਤਿਲਕ ਲਾ ਕੇ ਆਸ਼ੀਰਵਾਦ ਦਿੱਤਾ ਕਿ ਜਦੋਂ ਤੂੰ ਗੁਰਤਾ ਗੱਦੀ ਦੀ ਲੜਾਈ ਵਾਹਿਗੁਰੂ, ਜਦੋਂ ਤੂੰ ਗੱਦੀ ਦੀ ਲੜਾਈ ਲੜੇਗਾ ਤੇ ਤੇਰਾ ਸਹਿਯੋਗ ਅਸੀਂ ਕਰਾਂਗੇ। ਪਰ ਗੁਰੂ ਤੋਂ ਇਤਿਹਾਸ ਕਹਿੰਦਾ ਸਿਰਫ ਦੋਸਤ ਆਇਆ ਗਿਆ, ਪਰ ਗੁਰੂ ਅਰਜਨ ਸਾਹਿਬ ਜੀ ਉਸ ਵੇਲੇ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਮੌਜੂਦ ਨਹੀਂ ਸਨ, ਤੇ ਦੂਸਰਾ ਗੁਰੂ ਘਰ ਦੇ ਵਿੱਚ ਕਦੇ ਤਿਲਕ ਨਹੀਂ ਲਾਏ ਜਾਂਦੇ।
ਜਿਹੜੇ ਗੁਰੂ ਅਰਜਨ ਸਾਹਿਬ ਜੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਸੀਹੇ ਦੇ ਕੇ ਤੱਤੀ ਤਵੀ ਤੇ ਮਹਾਰਾਜ ਨੂੰ ਬਿਠਾ ਕੇ ਤਸੀਹੇ ਦਿੱਤੇ ਜਾਂਦੇ ਆ। ਪਰ ਗੁਰਮਤਿ ਕੋ ਜਦੋਂ ਅਸੀਂ ਕਹਾਣੀ ਦੀ ਗੱਲ ਕਰਦੇ ਹਾਂ ਨਾ, ਮੈਂ ਕਹਿੰਦਾ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਤੋਂ ਕੋਈ ਵੱਡੀ ਧਾਰਨਾ ਨਹੀਂ ਤੇ ਮਹਾਰਾਜ ਤੱਤੀ ਤਵੀ ਤੇ ਬਹਿ ਕੇ ਵੀ ਕਹਿ ਰਿਹਾ ਤੇਰਾ ਕੀਆ ਮੀਠਾ ਲੱਗਦਾ ਹਰ ਨਾਮ ਪਦਾਰਥ ਨਾਨਕ ਮੰਗਿਆ। ਤੇ ਜਦੋਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਾਂਤਮਈ ਸ਼ਹਾਦਤ ਹੋਈ, ਕਿਉਂਕਿ ਗੁਰੂ ਘਰ ਦੇ ਵਿੱਚ ਤਿੰਨ ਗੱਲਾਂ ਨੇ, ਪਹਿਲਾ ਹੈ ਅਪੀਰ ਤੇ ਦੂਸਰੀ ਹੈ ਦਲੀਰ ਤੀਸਰੀ ਹੈ ਸਮਸੀਰ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਤੱਕ ਸਮੇਂ ਦੇ ਰਾਜਿਆਂ ਨੂੰ ਅਪੀਲ ਕੀਤੀ ਗਈ, ਤੁਸੀਂ ਜਨਮ ਤੋਂ ਆ ਜਾਓ। ਪਰ ਗੁਰਮੁਖੋਂ ਜਦੋਂ ਰਾਜੇ ਨਾ ਮੰਨੇ, ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਆਪਣੀ ਸ਼ਾਂਤਮਈ ਸ਼ਹਾਦਤ ਦੇ ਕੇ ਦਲੀਲ ਦਿੱਤੀ। ਪਰ ਜਦੋਂ ਦਲੀਲ ਦੇ ਨਾਲ ਕੰਮ ਲਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸੋਚਿਆ ਵੱਧ ਤੋਂ ਹੱਥ ਕਰਾ ਰਹੇ ਹਾਂ, ਬੈਰੀ ਹੋਏ ਨਾ ਮਿੱਤਰ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੈਸੇ ਗੁਰੂ ਅਰਜਨ ਸਾਹਿਬ ਦੀ ਆਪਣੀ ਹਿਆਲੀ ਦੇ ਵਿੱਚ ਆਪਣੇ ਸਮੇਂ ਵਿੱਚ ਹੀ ਗੱਦੀ ਜਿਹੜੀ ਹੈ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦੇ ਗਏ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੱਦੀ ਤੇ ਬੈਠੇ, ਕਹਿੰਦੇ ਮਹਾਰਾਜ ਨੇ ਸਿੱਖ ਸੰਗਤਾਂ ਨੂੰ ਹੁਕਮਨਾਮੇ ਘੱਲੇ ਵੀ ਹੁਣ ਸਾਨੂੰ ਨਾ ਕਿਸੇ ਦੁਨਿਆਵੀ ਵਸਤੂ ਦੀ ਲੋੜ ਹੈ ਤੇ ਨਾ ਸਾਨੂੰ ਕੋਈ ਹੋਰ ਦੁਨਿਆਵੀ ਸਾਜੋ ਸਮਾਨ ਚਾਹੀਦਾ ਹੈ। ਤੇ ਜੇ ਤੁਸੀਂ ਗੁਰੂ ਦੀ ਖੁਸ਼ੀ ਲੈਣਾ ਚਾਹੁੰਦੇ ਹੋ ਨਾ, ਤਾਂ ਇੱਕ ਕੰਮ ਕਰੋ, ਕੀਮਤੀ ਘੋੜੇ, ਕੀਮਤੀ ਸ਼ਸਤਰ, ਕੀਮਤੀ ਜਵਾਨੀਆਂ ਭੇਟ ਕਰੋ, ਤਾਂ ਜੋ ਜ਼ਾਲਮ ਰਾਜ ਦੀ ਜੜ ਟੁੱਟੀ ਜਾਏ। ਇਤਿਹਾਸ ਕਹਿੰਦਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਹੁਕਮਨਾਮੇ ਭੇਜੇ, ਉਸ ਵੇਲੇ ਸੁਰ ਸਿੰਘ ਦੀ ਧਰਤੀ ਤੋਂ ਦੋ ਸਕੇ ਭਰਾ ਘਾਟੀ ਨੱਥਾ ਤੇ ਅਬਦੁੱਲਾ 509 ਜਵਾਨਾਂ ਨੂੰ ਨਾਲ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆਏ। ਮੈਂ ਬੇਨਤੀ ਤਾਂ ਕਰ ਰਿਹਾ ਕਿ ਭਾਨ ਸਿੰਘ ਭੌੜਾ ਦੀ ਘਾਟੀ ਸਨ, ਕਿਉਂਕਿ ਗੁਰਮੁਖ ਮਹਾਰਾਜ ਨੇ ਕਿਰਪਾ ਕਰਕੇ ਉਹਨਾਂ ਨੂੰ ਇੱਕ ਕਲਾ ਦਿੱਤੀ ਸੀ, ਉਹਨਾਂ ਨੂੰ ਇੱਕ ਗੁਣ ਦਿੱਤਾ ਸੀ, ਕਿਉਂਕਿ ਗੁਰੂ ਘਰ ਦੇ ਵਿੱਚ ਘਾਟੀਆਂ ਦਾ ਵੀ ਬਹੁਤ ਵੱਡਾ ਰੁਤਬਾ। ਗੁਰੂ ਨਾਨਕ ਸਾਹਿਬ ਜੀ ਆਪਣੇ ਆਪ ਨੂੰ ਵੀ ਮਾਲਕ ਦੇ ਦਰ ਦਾ ਘਾਟੀ ਮੰਨਦੇ ਆ। ਹੋਰ ਘਾਟੀ ਬੇਕਾਰ ਕਾਲੇ ਲਾਇਆ ਰਾਤ ਦਿਨ ਕੇ ਬਾਲ ਧੋਰੋ ਫਰਮਾਇਆ ਘਾਟੀ ਸੱਚੇ ਮਹਿਲ ਖਸਮ ਬਲਾਇਆ ਸੱਚੀ ਸਿਵਤ ਸਲਾਹ ਕੱਪੜਾ ਪਾਇਆ ਆਖਿਆ ਮੈਨੂੰ ਮਾਲਕ ਨੇ ਆਪਣੇ ਦਰ ਤੋਂ ਸਿਵਤ ਸਲਾਹ ਦਾ ਸਿਰ ਪਾਉ ਦਿੱਤਾ। ਅਸੀਂ ਤੇ ਦੁਨਿਆਵੀ ਸਿਰ ਪਾਉਣਾ ਦੀ ਗੱਲ ਕਰਦੇ ਹਾਂ, ਖੈਰ ਮੇਰਾ ਵਿਸ਼ਾ ਨਹੀਂ। ਤੇ ਉਸ ਵੇਲੇ ਜਦੋਂ ਇਹ ਦੋ ਸਕੇ ਭਰਾ ਆਏ ਨਾ ਤੇ ਉਹਨਾਂ ਨੌਜਵਾਨਾਂ ਨੇ ਆਖਿਆ ਮਹਾਰਾਜ ਨਾ ਅਸੀਂ ਤਨਖਾਹ ਲੈਣੀ ਹੈ ਤੇ ਨਾ ਸਾਨੂੰ ਕਿਸੇ ਹੋਰ ਚੀਜ਼ ਦੀ ਲੋੜ ਹੈ, ਪਰ ਇੱਕ ਕੰਮ ਕਰਿਓ, ਛੇ ਮਹੀਨੇ ਬਾਅਦ ਸਾਨੂੰ ਇੱਕ ਇੱਕ ਦੋ ਦੋ ਕੁੜਤੇ ਜ਼ਰੂਰ ਸਮਿਆ ਦਿਓ, ਸਾਡੇ ਇਤਿਹਾਸ ਵਿੱਚ ਜ਼ਿਕਰ ਆਉਂਦਾ। ਫਿਰ ਉਸ ਵੇਲੇ ਇਹ ਜਿਹੜੇ ਦੋ ਸਕੇ ਭਰਾ ਸਨ ਢਾਡੀ ਨੱਥਾ ਤੇ ਬਦੁੱਲਾ ਨੱਥ ਤੇ ਗੁਰਮੁਖੋਂ ਭਾਵੇਂ ਢਾਡੀ ਕਲਾ ਪਹਿਲਾਂ ਵੀ ਪ੍ਰਚਲਿਤ ਸੀ, ਇਹ ਸੀ ਪਹਿਲਾਂ ਢਾਡੀ ਨਹੀਂ ਸਨ ਤੇ ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹਨਾਂ ਢਾਡੀਆਂ ਨੂੰ ਨਿਯਤ ਕੀਤਾ, ਇਹਨਾਂ ਢਾਡੀਆਂ ਨੇ ਅਕਾਲ ਤਖ਼ਤ ਸਾਹਿਬ ਤੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਨਮੁਖ ਸਤਿਗੁਰਾਂ ਦੀ ਸਿਫਤ ਦੇ ਵਿੱਚ ਵਾਰ ਗਹਿਣ ਕੀਤੀ, ਜਿਹਦਾ ਅਸੀਂ ਜ਼ਿਕਰ ਪੜ੍ਹਦੇ ਹਾਂ। ਦੋ ਤਿੰਨ ਵਾਰਾਂ ਵਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਨਾਲ ਸਿਪਾਹੀ ਨੀਂਦ ਨਾਲ ਕਰ ਦੁਸ਼ਟਾ ਕਰੇ ਤਕੀਰ ਦੀ, ਪੱਗ ਤੇਰੀ ਕੀ ਜਾਂ ਤੀਰ ਦੀ। ਢਾਡੀਆਂ ਨੇ ਆਖਿਆ ਮਹਾਰਾਜ ਤੁਹਾਡੀ ਪੱਗ ਤੇ ਜਾਂ ਤੀਰ ਦੀ ਪੱਗ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਆਖਿਆ ਮਹਾਰਾਜ ਤੁਹਾਡੀ ਹਸਤੀ ਦੇ ਸਾਹਮਣੇ ਜਾਂ ਤੀਰ ਦੀ ਕੋਈ ਹਸਤੀ, ਕਿਉਂਕਿ ਗੁਰੂ ਅਰਜਨ ਸਿੰਘ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਾਹਰ ਵੈਗੁਰੂ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਅਰਜਨ ਕਾਇਆ ਪਲਟ ਤੇ ਮੂਰਤ ਹਰਗੋਬਿੰਦ ਸਵਾਰੀ। ਤੇ ਜਦੋਂ ਇਹਨਾਂ ਢਾਡੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸਿਫਤ ਸਲਾਹ ਦੇ ਵਿੱਚ ਵਾਰ ਗਹਿਣ ਕੀਤੀ, ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੰਨੇ ਖੁਸ਼ ਹੋਏ ਤੇ ਸਤਿਗੁਰਾਂ ਨੇ ਇਹਨਾਂ ਢਾਡੀਆਂ ਨੂੰ ਇਨਾਮ ਵਜੋਂ ਹਾਥੀ ਦੇ ਕੇ ਨਿਵਾਜੇ। ਪਰ ਮੈਨੂੰ ਲੱਗਦਾ ਕਿ ਅੱਜ ਉਹ ਮਾਨ ਸਨਮਾਨ ਅਸੀਂ ਢਾਡੀਆਂ ਨੂੰ, ਗੁਰੂ ਘਰ ਦੇ ਕੀਰਤਨੀਆਂ ਨੂੰ, ਗੁਰੂ ਘਰ ਦੇ ਪ੍ਰਚਾਰਕਾਂ ਨੂੰ ਨਹੀਂ ਦਿੰਦੇ, ਜਿਹੜਾ ਮਾਨ ਸਨਮਾਨ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦਿੱਤਾ। ਫਿਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਤਖ਼ਤ ਤੇ ਬੈਠੇ, ਗੁਰਮੁਖੋਂ ਇਹਨਾਂ ਢਾਡੀਆਂ ਨੇ ਸਤਿਗੁਰੂ ਜੀ ਦੀ ਸਿਫਤ ਦੇ ਵਿੱਚ ਫਿਰ ਵਾਰ ਗਹਿਣ ਕੀਤੀ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਨੇ, 9 ਧੁਨੀਆਂ ਨੇ ਤੇ ਇਹਨਾਂ ਢਾਡੀਆਂ ਨੇ 2 ਮਹੀਨਿਆਂ ਦੇ ਵਿੱਚ 9 ਦੀਆਂ 9 ਧੁਨੀਆਂ
ਬਾਈ ਦੀਆਂ 22 ਵਾਰਾਂ ਗੁਰੂ ਅਰਜਨ ਸਾਹਿਬ ਜੀ ਦੇ ਸਨਮੁਖ ਗਾਇਨ ਕਰਕੇ ਸੁਣਾਈਆਂ ਮੈਂ ਤਾਂ ਬੇਨਤੀ ਕੀਤੀ ਹੈ ਕਿਉਂਕਿ ਅੱਜ ਅਸੀਂ ਸਰਦਾਰ ਭਾਨ ਸਿੰਘ ਭੋਰਾ ਢਾਡੀ ਉਹਨਾਂ ਦੀ ਯਾਦ ਵਿੱਚ ਇਕੱਤਰ ਹੋਏ ਹਾਂ ਕਿਉਂਕਿ ਜਿੱਥੋਂ ਤੱਕ ਆਪਾਂ ਉਹਨਾਂ ਦੇ ਜੀਵਨ ਦੀ ਗੱਲ ਕਰਦੇ ਹਾਂ ਉਹ ਬਹੁਤ ਲੰਬੇ ਸਮੇਂ ਤੋਂ ਗੁਰਮਤਿ ਦੇ ਨਾਲ ਜੁੜੇ ਹੋਏ ਸੀ ਅਸੀਂ ਉਦੋਂ ਨਿੱਕੇ ਨਿੱਕੇ ਹੁੰਦੇ ਸੀ ਜਦੋਂ ਇਹਨਾਂ ਦਾ ਨਾਮ ਕਾਫ਼ੀ ਵੱਡੇ ਪੱਧਰ 'ਤੇ ਹੁੰਦਾ ਸੀ ਅਤੇ ਉਦੋਂ ਕਹਿੰਦੇ ਹੁੰਦੇ ਢਾਡੀ ਭਾਨ ਸਿੰਘ ਭੋਰਾ ਜੀ ਨੇ ਇਹਨਾਂ ਨੇ ਬਹੁਤ ਜ਼ਿਆਦਾ ਇਤਿਹਾਸ ਦੀਆਂ ਜਿਹੜੀਆਂ ਕੈਸਟਾਂ ਜਿਹੜੀਆਂ ਇਹਨਾਂ ਦੀਆਂ ਆਈਆਂ ਜਿਹਦੇ ਵਿੱਚੋਂ ਇਹਨਾਂ ਦੀਆਂ ਕੈਸਟਾਂ ਦਾ ਜਿਹੜਾ ਬਹੁਤ ਵੱਡਾ ਨਾਂ ਜਿਹੜਾ ਸਾਹਮਣੇ ਆਇਆ ਪਿੱਛੇ ਜੇ ਮੇਰੇ ਯਾਦ ਹੈ ਜਦੋਂ ਅਸੀਂ ਘਰ ਵਿੱਚ ਪਰਿਵਾਰਾਂ ਨੂੰ ਸਾਂਝਾ ਕਰਨ ਵਾਸਤੇ ਗਏ ਹਾਂ ਇੱਕ ਢਾਡੀ ਸੀ ਉਹ ਆਪਣੇ ਆਪ ਨੂੰ ਕਹਿ ਰਹੇ ਸੀ ਡਰ ਕੇ ਕਹਿੰਦੇ ਨੇ ਬਾਬਾ ਜੀ ਬੈਠੇ ਗੁਰਦੇਵ ਸਿੰਘ ਉਹਨਾਂ ਦੇ ਭਰਾਵਾਂ ਨੇ ਉੱਥੇ ਇਹਨਾਂ ਨਾਲ ਗੱਲ ਸਾਂਝੀ ਕੀਤੀ ਕਹਿੰਦੇ ਕੋਈ ਸਮਾਂ ਸੀ ਜਦੋਂ ਭਾਰਤ ਦੇ ਵਿੱਚ ਢਾਡੀਆਂ ਦੇ ਮੁਕਾਬਲੇ ਹੋਏ ਕਿਉਂਕਿ ਢਾਡੀਆਂ ਦੇ ਮੁਕਾਬਲੇ ਕਿ ਆਪਣੇ ਸ਼ਹੀਦ ਗੁਰਦੁਆਰਾ ਭਾਈ ਕਲੀ ਸਿੰਘ ਦੇ ਹੁੰਦੇ ਰਹੇ ਨੇ ਕਹਿੰਦੇ ਉਦੋਂ ਸਰਦਾਰ ਭਾਨ ਸਿੰਘ ਭੋਰਾ ਜੀ ਦਾ ਢਾਡੀ ਜੱਥਾ ਪੂਰੇ ਭਾਰਤ ਵਿੱਚ ਉਹ ਤੀਜੇ ਨੰਬਰ 'ਤੇ ਆਇਆ ਸੀ ਕਿ ਕਲਾ ਦੀ ਗੱਲ ਹੈ ਉਹਨਾਂ ਦੇ ਵਿੱਚ ਬਹੁਤ ਕਿਉਂਕਿ ਬੋਲਣ ਦਾ ਢੰਗ ਤਰੀਕਾ ਲੈ ਜਾਂ ਉੱਥੇ ਸਮਾਂ ਹੁੰਦਾ ਨਾ ਇੰਨੇ ਸਮੇਂ ਵਿੱਚ ਕਵਿਤਾ ਗਾਇਨ ਕਰਨੀ ਹੈ ਇੰਨੇ ਸਮੇਂ ਵਿੱਚ ਇਤਿਹਾਸ ਸਾਹਮਣੇ ਰੱਖਣਾ ਹੈ ਅਤੇ ਦੂਸਰੀ ਗੱਲ ਹੈ ਕੋਲੋਂ ਵੀ ਕੋਈ ਗੱਲ ਕਹਿ ਰਿਹਾ ਢਾਡੀ ਭਾਨ ਸਿੰਘ ਭੋਰਾ ਜੀ ਨਿਤਨੇਮ ਦੇ ਬੜੇ ਪੱਕੇ ਸੀ ਨਿਤਨੇਮ ਉਹਨੂੰ ਜਾਣਾ ਕਰਦੇ ਤੀਸਰੀ ਗੱਲ ਅਤੇ ਜਦੋਂ ਵੀ ਉਹਨਾਂ ਨੇ ਕਿਤੇ ਮਿਲਣਾ ਕਿਉਂਕਿ ਮੈਂ ਬਾਹਰ ਪ੍ਰੋਗਰਾਮਾਂ 'ਤੇ ਜਦੋਂ ਵੀ ਜਾਈਦਾ ਇਹਨਾਂ ਦੇ ਪਰਿਵਾਰ ਵਿੱਚ ਵੀ ਬਹੁਤ ਪ੍ਰੋਗਰਾਮ ਕੀਤੇ ਹੈ ਹਮੇਸ਼ਾ ਉਹ ਗੁਰੂ ਘਰ ਦੇ ਪ੍ਰਚਾਰਕਾਂ ਨੂੰ ਰਾਗੀਆਂ ਨੂੰ ਬੜਾ ਮਨ ਮਾਨ ਸਨਮਾਨ ਦਿੰਦੇ ਸੀ ਅਤੇ ਉਹਨਾਂ ਦੇ ਉਤਸ਼ਾਹ ਕਰਨ ਲਈ ਅੱਜ ਸਾਡੇ ਵਿੱਚ ਵੀ ਆ ਗਏ ਨਾ ਜਰਸੀ ਆਦਿ ਗੁਰੂ ਜੀ ਨੂੰ ਵੇਖ ਕੇ ਜਿਹੜਾ ਸਾਰਾ ਬਣ ਕਹਿ ਦੀਏ ਅਸੀਂ ਚਾਹੁੰਦੇ ਵੀ ਕੋਈ ਅੱਗੇ ਵਧੇ ਇਹ ਸਾਡੇ ਵਿੱਚ ਅੱਜ ਬਹੁਤ ਬੋਲ ਚੱਲ ਰਿਹਾ ਪਰ ਉਹਨਾਂ ਨੇ ਹਮੇਸ਼ਾ ਪ੍ਰੇਰਣਾ ਦੇਣੀ ਹਮੇਸ਼ਾ ਉਹਨਾਂ ਨੇ ਮਾਨ ਸਨਮਾਨ ਦੇਣਾ ਵੀ ਤੁਸੀਂ ਅੱਗੇ ਵਧੋ ਇੱਦਾਂ ਮਿਹਨਤ ਕਰੋ ਇੱਦਾਂ ਬੋਲੋ ਸੋ ਉਹਨਾਂ ਦੇ ਜਾਣ ਦੇ ਨਾਲ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਭਾਵੇਂ 70 ਕੁ ਸਾਲ ਦੀ ਉਹਨਾਂ ਦੀ ਉਮਰ ਸੀ 70 ਸਾਲ ਉਮਰ ਕੋਈ ਬਹੁਤੀ ਨਹੀਂ ਹੁੰਦੀ ਕਿਉਂਕਿ ਮੈਂ ਇੱਕ ਗੱਲ ਕਹਿਣਾ ਹੁੰਦਾ ਵੀ ਮਾਂ ਬਾਪ ਕਦੇ ਬੁੱਢੇ ਨਹੀਂ ਹੁੰਦੇ ਕਿਉਂਕਿ ਜਿਹੜਾ ਪਿਆਰ ਬੱਚਿਆਂ ਨੂੰ ਮਾਂ ਬਾਪ ਤੋਂ ਮਿਲਣਾ ਹੁੰਦਾ ਉਹ ਪਿਆਰ ਸ਼ਾਇਦ ਕੋਈ ਦੂਜਾ ਨਹੀਂ ਦੇ ਸਕਦਾ ਮੈਂ ਇੱਕੋ ਗੱਲ ਹਮੇਸ਼ਾ ਕਹਿਣਾ ਹੁੰਦਾ ਭਾਈ ਗੁਰਦਾਸ ਜੀ ਕਹਿੰਦੇ ਮਾਂ ਹਿੰਦ ਨਾ ਪੂਜਣੀ ਹਿੰਦ ਨਾ ਮਾਪੀਆਂ ਮਾਸੀਆਂ ਜਾਏ ਪਿਓ ਦੇ ਨਾਂ ਪਿਆਰ ਕੁੱਲ ਸੋ ਬੱਚਿਆਂ ਦਾ ਜਿਹੜਾ ਪਿਓ ਦਾ ਸਿਰ ਤੋਂ ਚਲਿਆ ਜਾਣਾ ਇਹ ਬਹੁਤ ਵੱਡੇ ਦੁੱਖ ਦੀ ਗੱਲ ਹੈ ਆਓ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਉੱਥੇ ਸਮੁੱਚੇ ਢਾਡੀ ਜਗਤ ਨੂੰ ਕਿਉਂਕਿ ਉਹ ਸਾਡੇ ਲੌਂਗੋਵਾਲ ਦਾ ਵੀ ਬਹੁਤ ਵੱਡਾ ਮਾਣ ਸੀ ਕਿਉਂਕਿ ਜਿਹੜੇ ਨਗਰਾਂ ਦੇ ਨਾਮ ਹੁੰਦੇ ਉਹ ਵੀ ਚੰਗੇ ਬੰਦਿਆਂ ਦੇ ਨਾਲ ਹੀ ਮਿਲਦੇ ਢਾਡੀ ਭਾਨ ਸਿੰਘ ਭੋਰਾ ਜਿਹੜੇ ਵੀ ਮਸ਼ਹੂਰ ਲੋਕ ਹੁੰਦੇ ਹੈ ਕਿਉਂਕਿ ਉਹ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੇ ਵੀ ਬਹੁਤ ਨੇੜੇ ਰਹੇ ਬਹੁਤ ਉਹਨਾਂ ਨੇ ਸਾਡਾ ਜਿਹੜਾ ਇਲਾਕੇ ਦਾ ਨਾਮ ਸੀ ਉਹ ਪੂਰੀ ਦੁਨੀਆ ਦੇ ਵਿੱਚ ਚਮਕਾਇਆ ਕਿਉਂਕਿ ਉਹਨਾਂ ਕੋਲ ਇਹ ਢਾਡੀ ਦੀ ਕਲਾ ਸੀ ਅਤੇ ਆਓ ਉਹਨਾਂ ਦੀ ਅੰਤਮ ਅਰਦਾਸ ਮੌਕੇ ਆਪਾਂ ਸਾਰੇ ਇਕੱਤਰ ਹੋਏ ਹਾਂ ਇਹੀ ਸਾਡੀ ਉਹਨਾਂ ਨੂੰ ਸੱਚੀ ਸਰਧਾਂਜਲੀ ਹੋਏਗੀ ਭਾਈ ਜਿਵੇਂ ਉਹਨਾਂ ਨੇ ਗੁਰਮਤਿ ਦੇ ਪਹਿਰਾ ਦਿੱਤਾ ਉਹਦੇ ਵੀ ਦੱਸ ਰਹੇ ਸੀ ਢਾਡੀ ਜੀ ਕਹਿੰਦੇ ਇੱਕ ਜਗ੍ਹਾ 'ਤੇ ਅੰਮ੍ਰਿਤ ਸੰਚਾਰ ਹੋਣਾ ਸੀ ਅਤੇ ਪੰਜ ਪਿਆਰੇ ਨਾ ਮਿਲੇ ਕੋਈ ਗੱਲ ਕਹਿ ਕੇ ਰੱਖ ਲਈ ਨੰਬਰ 'ਤੇ ਬੁਲਾਉਣ ਕਹਿੰਦੇ ਪੰਜ ਪਿਆਰੇ ਨਾ ਮਿਲੇ ਕਹਿੰਦੇ ਫਿਰ ਮੈਂ ਢਾਡੀ ਭਾਨ ਸਿੰਘ ਭੋਰਾ ਜੀ ਨੂੰ ਬੁਲਾਇਆ ਕਿ ਭੋਰਾ ਸਾਹਿਬ ਤੁਹਾਡੇ 'ਤੇ ਪੰਜੇ ਬਾਣੀਆਂ ਕੰਠ ਹੋਣੀਆਂ ਨੇ ਵੈਸੇ ਗੁਰਮੁਖ ਹਰ ਇੱਕ ਦੇ ਪੰਜੇ ਬਾਣੀਆਂ ਕੰਠ ਨਹੀਂ ਹੁੰਦੀ ਮੇਰੇ ਕੋਲ ਨਹੀਂ ਮੈਂ ਵੀ ਤੁਹਾਨੂੰ ਕਹਿ ਦੇ ਜਾਪ ਸਾਹਿਬ ਸੀ ਜੀ ਕਹਿੰਦੇ ਕੰਠ ਨਹੀਂ ਹੁੰਦਾ ਅਤੇ ਕਈ ਬਾਣੀਆਂ ਸਾਨੂੰ ਵਿਸਰ ਜਾਂਦੀਆਂ ਨੇ ਪਰ ਇਸ ਪਰਿਵਾਰ 'ਤੇ ਕਿਰਪਾ ਹੀ ਹੈ ਬਾਬਾ ਗੁਰਦੇਵ ਸਿੰਘ ਜੀ ਬੈਠੇ ਆ ਜਿਹੜੇ ਇੱਥੋਂ ਦੇ ਮੁੱਖ ਸੇਵਾਦਾਰ ਨੇ ਮੈਂ ਕੋਈ ਹੱਥ ਕਥਨੀ ਨਹੀਂ ਕਹਿ ਰਿਹਾ ਕਿਉਂਕਿ ਮੈਨੂੰ ਕਿਹੜੇ ਇਹਨਾਂ ਨੇ ਕੁਝ ਕਿਹਾ ਵੀ ਤੁਸੀਂ ਸਾਡੇ ਬਾਰੇ ਬੋਲੋ ਮੈਂ ਉਹਨਾਂ ਦੇ ਜੀਵਨ ਨੂੰ ਬਹੁਤ ਨੇੜੇ ਹੋ ਕੇ ਵੇਖਿਆ ਉਹਨਾਂ ਦੇ ਪੰਜੇ ਬਾਣੀਆਂ ਵੀ ਕੰਠ ਨੇ ਜਦੋਂ ਵੀ ਉਹ ਤੁਹਾਨੂੰ ਮਿਲਦੇ ਆ ਅਤੇ ਬਾਣੀ ਪੜ੍ਹਦੇ ਮਿਲਦੇ ਆ ਥੋੜ੍ਹੇ ਦਿਨ ਪਹਿਲਾਂ ਮੈਂ ਘਰੇ ਉਹਨਾਂ ਨੂੰ ਮਿਲਣ ਵਾਸਤੇ ਆਇਆ ਉਦੋਂ ਵੀ ਉਹ ਪਾਰਕ ਵਿੱਚ ਬੈਠੇ ਬਾਣੀ ਪੜ੍ਹਦੇ ਸਨ ਇਹ ਗੁਰਸਿੱਖ ਦਾ ਜੀਵਨ ਹੈ ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰ ਹੋਵੇ ਤੂੰ ਰਾਖਿਆ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਹ ਹਰ ਨਾਮ ਤੇ ਆਵੇ ਸੋ ਢਾਡੀ ਭਾਨ ਸਿੰਘ ਭੋਰਾ ਜੀ ਨੇ ਕਹਿੰਦੇ ਕਿਹਾ ਕਿ ਕੋਈ ਗੱਲ ਨਹੀਂ ਆਪਣੇ ਪੰਜੇ ਬਾਣੀਆਂ ਕੰਠ ਨੇ ਕਹਿੰਦੇ ਉਹਨਾਂ ਨੇ ਜਾਪ ਸਾਹਿਬ ਪੜ੍ਹਿਆ ਮੈਂ ਸਵਈਏ ਪੜ੍ਹੇ ਤਿੰਨ ਗੁਰਸਿੱਖ ਹੋਰ ਸੀ ਉਹਨਾਂ ਨੇ ਤਿੰਨ ਬਾਣੀਆਂ ਹੋਰ ਪੜ੍ਹੀਆਂ ਅਤੇ ਅੰਮ੍ਰਿਤ ਦਾ ਵਾਟਾ ਤਿਆਰ ਹੋਇਆ ਆਓ ਐਸੇ ਮਹਾਨ ਗੁਰਸਿੱਖ ਮਹਾਨ ਢਾਡੀ ਦੀ ਅੰਤਮ ਅਰਦਾਸ ਵਿੱਚ ਆਪਾਂ ਸ਼ਾਮਲ ਹੋਏ ਹਾਂ ਜਿਸ ਤਰ੍ਹਾਂ ਉਹਨਾਂ ਨੇ ਸਾਰੀ ਜ਼ਿੰਦਗੀ ਸਿਵਤ ਸਲਾਹ ਕੀਤੀ ਗੁਰੂ ਦੀਆਂ ਵਡਿਆਈਆਂ ਗਾਇਨ ਕੀਤੀਆਂ ਗ੍ਰੰਥ ਪੰਥ ਦੀ ਗੱਲ ਕੀਤੀ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਾਂ ਵੀ ਮਾਲਕ ਦੀ ਸਿਵਤ ਸਲਾਹ ਦੇ ਨਾਲ ਸਤਿਗੁਰਾਂ ਦੀ ਬਾਣੀ ਦੇ ਨਾਲ ਜੁੜਨਾ ਹੈ ਇਹ ਸਾਡੀ ਉਹਨਾਂ ਨੂੰ ਸੱਚੀ ਸਰਧਾਂਜਲੀ ਹੋਏਗੀ ਆਓ ਸੰਗਤ ਜੀ ਇੰਨੀਆਂ ਨੂੰ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਕਿਉਂਕਿ ਅਸਲ ਵਿੱਚ ਸਮਾਂ ਜਿਹੜਾ ਉਹ ਸਾਡੀ ਬਹੁਤ ਹੀ ਸਤਿਕਾਰਯੋਗ ਭਾਈ ਅਵਤਾਰ ਸਿੰਘ ਜੀ ਹਜ਼ੂਰੀ ਰਾਗੀ ਮਸਤੋਣਾ ਸਾਹਿਬ ਉਹਨਾਂ ਦਾ ਸਮਾਂ ਹੈ
पर मैं परिवार के नाल काफी मेरा प्रेम रहा है क्योंकि भौरा साहब मैं जिथे भी मिलते सी उन्होंने कहना भी तुहाडी कथा बड़ी वधिया बड़ा पसंद कर रहे सी इस करके मैं सिर्फ एक हाजरी भरन वास्ते आया बाबा गुरदेव सिंह जी जिहड़े उन्होंने वड्डे भरा है उन्होंने बहुत कुछ सीखा वो सब इतने तक लेके आए हैं ता करके असी परिवार के बहुत नेड़े बहुत कुछ नेड़े होकर देखे हैं आओ कि वो जो महान गुरसिख होंगे है उन्होंने जीवन को सानू भी सीख लेनी चाहिए है वैसे वैसे ढाई कला भी अलोप होंगी करी कोई गल क्योंकि मैं खत्ते बुला लगे ना तो कोई अच्छे अपने बच्चों को ढाई वाले पास लेके आ रहे ना कोई अपने बच्चों प्रचारक बना रहे ते ना कोई अपने बच्चों ग्रंथी बना रहे ते कारण की ने वो तुहानू सारियां नू पता भी समा इदां दा आ गया ना ढाडियां दा सत्कार रहा ते ना लागियां दा सत्कार रहा ना गुरु घर दे प्रचारकां दा सत्कार रहा होर कामां ते असीं लखां रुपया ला देंगे पर जदों कदे गुरु घर दे लागियां ढाडियां प्रचारकां दी गल आउंदी उत्थे असीं हत्थ पिछे नू खिचदे ठीक है साडा भी फर्ज बनदा असीं अपना जीवन गुरु दी मत दे मुताबक ढाल के रखी ठीक है साढ़े जीवन में भी कमियां आईया ने वो सानू भी वेखना चाहिए आओ इनिया बेनती प्रवान कर जी तो आओ आने वाले समय लिए आप जी रागी भाई अमरदार सिंह जी उन्होंने जत्थे पासों गुरबाणी कीर्तन सरवण करो जी क्योंकि सारा परिवार ही बड़ा देव वाला है इन्होंने व्डे सपुत्र भावें दो बच्चे इन्होंने बाहर ने जो भी जिते मिलते हैं बड़े प्रेम के नाल क्योंकि वो सारा कुछ इन्होंने अपने परिवार को विरसे व्डिया मिलया है आओ इनिया बेनती प्रवान भुला चुका नहीं बाकी सारे गज बज के अगे बुलाओ वाहिगुरु जी का खालसा वाहिगुरु जी की फतेह वाहेगुरु
Karnakum
Thank you.
Thank you.
Thank you.
Yeah.
Yeah.
ਨਾਮੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਗ ਵਚਨਾਂ ਸਭ ਝੂਠ ਹੈ ਗਿਆਨ ਮੇਂ ਹੋਵੇ ਮੀਤ ਜਗਤ ਦੀ ਰਚਨਾ ਨੂੰ ਝੂਠ ਕਿਉਂ ਕਰੇ ਸਰ ਪਰ ਇਹ ਵੀ ਕਹਿ ਰਹੇ ਨੇ ਕਿ ਇਹ ਜਗ ਸੱਚੀ ਤੁਸੀਂ ਕਹਿ ਰਹੇ ਹੋ ਜਗ ਰਚਨਾ ਸਭ ਝੂਠ ਹੈ ਪਰ ਦੂਸਰੇ ਘਰ ਵਿੱਚ ਤੁਸੀਂ ਕਹਿ ਰਹੇ ਹੋ ਕਿ ਇਹ ਜਗ ਸੱਚੇ ਕੀ ਹੈ ਸੱਚੇ ਘਰ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲਏ ਇੱਕ ਨਾ ਹੁਕਮੇ ਕਰੇ ਵਿਰਾਸ ਸੁਬ੍ਰਹਮ ਪਿਆਰੇ ਸਿੱਖ ਪੰਥ ਦੀ ਬਣੀ ਸਿਰਮਾਵਾਂ ਹਸਤੀ ਸਵਰਗ ਵਾਸੀ ਭਾਨ ਸਿੰਘ ਜੀ ਧੌਲਾ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਿੱਖ ਪੰਥ ਦੇ ਨੇਕੀ ਨਾਲ ਸਾਰਾ ਜੀਵਨ ਜਦ ਰਚਨਾ ਸਭ ਝੂਠ ਹੈ ਜਾਨ ਜਦੋਂ ਸਤਿਗੁਰੂ ਜੀ ਮੰਨੇ ਕਿ ਪੁੱਛਿਆ ਕਿ ਸਤਿਗੁਰੂ ਜੀ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਜਗ ਸੱਚੇ ਭਾਵ ਕਿ ਸਾਰਿਆਂ ਲਈ ਜਗ ਦੀ ਰਚਨਾ ਝੂਠੀ ਸਾਰਿਆਂ ਲਈ ਸੱਚੇ ਦੀ ਪੋਚਣੀ ਉੱਚਾ ਹੋਵੇ ਕੋਈ ਇਸ ਉੱਚੇ ਤੋਂ ਜਾਣੇ ਕਿ ਸਤਿਗੁਰੂ ਜੀ ਤੁਸੀਂ ਕਹਿ ਰਹੇ ਹੋ ਕਿ ਜਗ ਦੀ ਰਚਨਾ ਝੂਠੀ ਹੈ ਤੁਸੀਂ ਕਹਿ ਰਹੇ ਹੋ ਕਿ ਜਗ ਸੱਚੇ ਦੀ ਕੋਠੜੀ ਹੈ ਝੂਠ ਕਿਹੜਾ ਨਹੀਂ ਹੈ ਆਪ ਜੀਵਨ ਮਿਲ ਗਿਆ ਮਨੁੱਖਾ ਜਨਮ ਮਿਲ ਗਿਆ ਹੱਥ ਮਿਲ ਗਏ ਹੱਥ ਇਹਨਾਂ ਨਾਲ ਤੇ ਧਰਮ ਵੀ ਕਮਾਇਆ ਮਨੁੱਖਾ ਜਨਮ ਮਿਲ ਗਿਆ ਆ ਨੇਤਰ ਮਿਲ ਗਏ ਇਹਨਾਂ ਨਾਲ ਕਦੀ ਸੱਚ ਦੇ ਦੀਦਾਰ ਨਹੀਂ ਮਨੁੱਖਾ ਜਨਮ ਮਿਲ ਗਿਆ ਆ ਕੰਨ ਮਿਲ ਗਏ ਇਹਨਾਂ ਕੰਨਾਂ ਦੁਆਰਾ ਕਦੀ ਦੋ ਸ਼ਬਦ ਸੱਚ ਦੇ ਅੰਦਰ ਪ੍ਰਵੇਸ਼ ਮਨੁੱਖਾ ਜਨਮ ਮਿਲ ਗਿਆ ਆ ਰਸਨਾ ਮਿਲ ਗਈ ਇਸ ਰਸਨਾ ਤੇ ਕਦੇ ਦੋ ਸ਼ਬਦ ਸੱਚ ਪਰ ਧਰਮ ਦੇ ਪ੍ਰਕਾਸ਼ ਨਹੀਂ ਕੂੜ ਬੋਲ ਕਰੇ ਆਵਾ ਦਿਲ ਮਨ ਕੂੜ
ਮਨੁੱਖਾ ਜਨਮ ਮਿਲ ਗਿਆ ਆ ਪੈਰ ਮਿਲ ਗਏ ਦੋ ਕਦਮ ਕਦੇ ਧਰਮ ਵਾਲੇ ਪਾਸੇ ਹੀ ਚੱਲ ਗਏ ਨੇਤਰ ਮਿਲ ਗਏ ਕਦੇ ਸੱਚ ਦੇ ਗੁਰੂ ਦੇ ਦੀਦਾਰ ਵੀ ਕੀਤੇ ਕੰਨ ਮਿਲ ਗਏ ਕਦੇ ਦੋ ਸ਼ਬਦ ਅੰਦਰ ਸੱਚ ਦੇ ਪ੍ਰਵੇਸ਼ ਵੀ ਕਰੇ ਰਸਨਾ ਮਿਲ ਗਈ ਇਹਦੇ ਉੱਪਰ ਵੀ ਧਰਮ ਦੇ ਦੋ ਸ਼ਬਦ ਸੱਚ ਦੇ ਪ੍ਰਕਾਸ਼ ਦੀ ਬਣੇ ਲੈ ਉਹਨਾਂ ਦੀ ਬਾਬਤ ਫਿਰ ਸਤਿਗੁਰਾਂ ਦਾ ਫੈਸਲਾ ਸੀ ਸਤਿਗੁਰੂ ਜੀ ਕਹਿੰਦੇ ਉਹ ਜਿਉਂਦੇ ਮਰੇ ਹੋਏ ਵੀ ਆਪਸ ਸਤਨਾਮ ਸਹੀ ਜਿਉਂਦੇ ਦੁਨੀਆਂ ਫਿਰਦੀਆਂ ਲੋਥਾਂ ਅੱਜ ਬਾਜ਼ਾਰਾਂ ਦੇ ਬਾਜ਼ਾਰ ਭਰੇ ਭਰੇ ਹੋਏ ਦੁਨੀਆਂ ਫਿਰਦੀਆਂ ਸੋ ਜੀਵਿਆ ਜਿਸ ਮਨ ਵਸਿਆ ਸੋ ਜਿਉਂਦਾ ਕੌਣ ਹੈ ਜਿਹਦੇ ਹਿਰਦੇ ਰੂਪੀ ਘਰ ਵਿੱਚ ਉਹ ਮਾਲਕ ਦਾ ਨਾਮ ਵਸਿਆ ਉਹ ਜਿਉਂਦਾ ਜੋ ਮੈਨੂੰ ਸਤਿਗੁਰ ਸੇਵੈ ਖਾਂਦੇ ਪਹਿਨਦੇ ਸੇ ਕੂਏ ਮਰ ਜੰਮੇ ਕੋੜੇ ਉਹਨਾਂ ਲਈ ਝੂਠ ਹੈ ਜਗਨ ਸੱਚ ਕਿਹਦੇ ਲਈ ਇਹ ਜਦ ਸੱਚੇ ਦੀ ਕੋਠੜੀ ਵੀ ਹੈ ਸੰਤ ਬਾਬਾ ਭਦਰ ਸਿੰਘ ਜੀ ਮਹਾਰਾਜ ਵਰਗੇ ਜਿਹੜੇ ਇੱਕ ਬਲਾ ਦੀ ਤਰ੍ਹਾਂ ਇਸ ਸੰਸਾਰ ਦੇ ਆਏ ਉਹਨਾਂ ਨੇ ਕਿਵੇਂ ਕਹਿਣਾ ਕਿ ਜਗ ਦੀ ਰਚਨਾ ਚੁੱਕੀ ਹੈ ਉਹਨਾਂ ਦਾ ਆਉਣਾ ਵੀ ਸੱਚ ਉਹਨਾਂ ਦਾ ਇਸ ਜਗਤ ਵਿੱਚ ਵਿਚਰਨਾ ਵੀ ਸੱਚ ਉਹਨਾਂ ਦਾ ਇੱਥੋਂ ਜਾਣਾ ਵੀ ਸੱਚ ਜਿਵੇਂ ਜੋਤ ਨਾਲ ਜੋਤ ਰਹੀ ਜੋਤੀ ਜੋਤ ਰਹੀ ਇਸ ਮਨ ਤੋਂ ਬਾਅਦ ਪ੍ਰੇ ਗਣੇਸ਼ ਹੁੰਦੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਵੀ ਸੰਪੂਰਨ ਕੀਆ ਇੱਕ ਜੋਤ ਗੁਰੂ ਹੈ ਇੱਕ ਜੋਤ ਸਾਡੇ ਅੰਦਰ ਸਾਨੂੰ ਗਿਆਨ ਦੀ ਹੋਮੈ ਔਰ ਅਹੰਕਾਰ ਦੀ ਗਰਦ ਉਹਦੇ ਪੱਤੇ ਹੀ ਹੋਏ ਗਰਦ ਸ਼ੀਸ਼ੇ ਦੀ ਇੱਕ ਜੋਤ ਸਾਡੇ ਅੰਦਰ ਹੈ ਇੱਕ ਜੋਤ ਗੁਰੂ ਹੈ ਇਸ ਜੋਤ ਨੇ ਇਸ ਜੋਤ ਨਾਲ ਮਿਲ ਕੇ ਸੰਪੂਰਨ ਹੋਣਾ ਕੋ ਸਤਨਾਮ ਸੀ ਪਰ ਮਨ ਤੋਂ ਬਾਅਦ ਨਹੀਂ ਜਿਉਂਦੇ ਜੀ ਸੰਪੂਰਨ ਹੋਣਾ ਜੋਤੀ ਜੋਤ ਰਵੀ ਸੰਪੂਰਨ ਥੀਆ ਰਾਮ ਮਰਨ ਤੋਂ ਬਾਅਦ ਹੀ ਪਤਾ ਨਹੀਂ ਜਿਉਂਦੇ ਜੀ ਇੱਕ ਜੋਤ ਸਾਡੇ ਅੰਦਰ ਹੈ ਇੱਕ ਜੋਤ ਮਹਾਨ ਗੁਰੂ ਹੈ ਇਸ ਜੋਤ ਨੇ ਇਸ ਜੋਤ ਨਾਲ ਪਰ ਗੁਰੂ ਦੇ ਗਿਆਨ ਗਿਆਨ ਦੀ ਕਿਰਨ ਇਸ ਜੋਤ ਨੂੰ ਜਗਾਈ ਜਗਾਈ ਅਗਲੇ ਸ਼ਬਦ ਕਬੀਰ ਸਾਹਿਬ ਨੇ ਉਹਦੇ ਵਿੱਚ ਵੀ ਬੜੀਆਂ ਲੱਗਦੀਆਂ ਨੇ ਸ਼ਬਦਾਵਲੀ ਸਾਨੂੰ ਐਂ ਲੱਗਦਾ ਕੁਝ ਹੋਰ ਕਹਿ ਰਹੀ ਪਰ ਭਾਵ ਕੁਝ ਹੋਰ ਹੈ ਜਿਵੇਂ ਸ਼ਬਦਾਵਲੀ ਸ਼ਬਦ ਦੀ ਲਿਖੀ ਵੀ ਜੋ ਤੋਂ ਪ੍ਰੇਮ ਖੇਡਣ ਕਰ ਜਾਓ ਸਿਰ ਧਰ ਤਲੀ ਗਲੇ ਗਲੀਆਂ ਸ਼ਬਦ ਸਮਝ ਆ ਰਹੇ ਨੇ ਜੇ ਤੂੰ ਰੱਬ ਦੇ ਮਾਰਗ ਤੇ ਚੱਲਣਾ ਆਪਣਾ ਸਿਰ ਵੱਢ ਕੇ ਤਲੀ ਕੇ ਰੱਖ ਪਰ ਜੇ ਕੋਈ ਪ੍ਰੈਕਟੀਕਲ ਤੌਰ ਤੇ ਆਪਣਾ ਸਿਰ ਵੱਢ ਨਹੀਂ ਰਹੇ ਫਿਰ ਰੱਬ ਮਿਲ ਜੂ ਨਹੀਂ ਕਿਹੜਾ ਸਿਰ ਇੱਕ ਸਿਰ ਥੋੜਾ ਸਾਡੇ ਉਹ ਦਿਖਾਈ ਰਾਵਣ ਦੇ ਕਿੰਨੇ ਸਿਰ ਦਿਖਾਏ ਗਏ ਅੰਦਲੇ ਬਹਿ ਕੇ ਸੰਦੂਰ ਕਟਾਇਆ ਰਾਵਣ ਮਾਰ ਗਿਆ ਵੱਡਾ ਇੱਕ ਸਿਰ ਥੋੜਾ ਸਾਡੇ ਅਸੀਂ ਹੰਕਾਰ ਦਾ ਸਿਰ ਵੀ ਚੁੱਕਿਆ ਹੋਇਆ ਹੈ ਹਉਮੈ ਵਾਲਾ ਵੀ ਚੁੱਕਿਆ ਹੈ ਮੈਂ ਮੇਰੀ ਵਾਲਾ ਵੀ ਚੁੱਕਿਆ ਹੋਇਆ ਕ੍ਰਿਸ਼ਨਾ ਵਾਲਾ ਵੀ ਚੁੱਕਿਆ ਹੈ ਕਾਮ ਵਾਲਾ ਵੀ ਚੁੱਕਿਆ ਸਿਰ ਕਿੰਨੇ ਸਿਰ ਜਦ ਮੈਂ ਪ੍ਰੇਮ ਖੇਡਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਹੇ ਭਾਈ
ਐਸ ਦੁਆਰੇ ਨੂੰ ਜੇ ਤੂੰ ਆਉਣਾ ਆ ਆਪਣੇ ਹਉਮੈ ਵਾਲਾ ਸਿਰ ਅਹੰਕਾਰ ਵਾਲਾ ਆ ਤ੍ਰਿਸ਼ਨਾ ਵਾਲਾ ਆਪਣੀਆਂ ਪ੍ਰਧਾਨਗੀਆਂ ਵਾਲਾ ਵੱਡੀਆਂ ਵੱਡੀਆਂ ਜਥੇਦਾਰੀਆਂ ਵਾਲਾ ਆ ਦੇਹਲੀ ਤੋਂ ਬਾਹਰ ਹੀ ਛੱਡ ਕੇ ਆ ਗਿਆ ਕੋਈ ਸਤਨਾਮ ਇੱਥੇ ਤਾਂ ਹੋਏ ਬਿਮਾਰੀ ਭੈ ਪਵੋ ਪੂਰੇ ਸਤਗੁਰ ਫਾਸ ਆ ਸਿਰ ਹੰਕਾਰ ਵਾਲਾ ਸਿਰ ਆ ਦੇਵੀ ਤੋਂ ਬਾਹਰ ਛੱਡ ਹੋਮੈ ਵਾਲਾ ਕ੍ਰਿਸ਼ਨਾ ਵਾਲਾ ਕਾਮ ਵਾਲਾ ਇਹ ਕਿੱਥੋਂ ਆ ਚੁੱਕਿਆ ਕਬੀਰ ਸਾਹਿਬ ਨੇ ਕਹਿੰਦੇ ਬਾਬਾ ਬੋਲਦੇ ਤੇ ਕਹਾਂ ਗਏ ਦੇਹੀ ਕੀ ਸੰਗਤ ਦੇਹੀ ਨੂੰ ਬੜੀ ਫੌਜ ਹੁੰਦੀ ਸੀ ਫੌਜ ਦੇਹੀ ਕੀ ਸੰਗਤ ਸੁਰਤ ਮਾਇਨ ਜੋ ਨਿਰਦੇ ਕਰਕੇ ਕਥਾ ਬਾਤ ਕਰਦੇ ਕਿ ਬਾਬਾ ਬੋਲਦੇ ਤੇ ਕਹਾਂ ਗਏ ਕਹਾਂ ਗਏ ਕਹਿੰਦੇ ਬੜਾ ਬੋਲਿਆ ਬੜਾ ਫਰੈਸ਼ ਸੀ ਕਦੇ ਉੱਚੀ ਸ਼ਬਦ ਬੋਲਦਾ ਸੀ ਕਦੇ ਕਿਵੇਂ ਬੋਲਦਾ ਸੀ ਹੁਣ ਕਿੱਥੇ ਗਈ ਉਹ ਫੌਜ ਪਰ ਐਸੇ ਯੋਧੇ ਢਾਡੀ ਮਰਨੂ ਭਾਈ ਭਾਨ ਸਿੰਘ ਕੌਰ ਦੀ ਗੱਲ ਕਰੀ ਜਿਹੜੇ ਨਿਧਰਕ ਔਰ ਜਿਹਨਾਂ ਦੀ ਆਵਾਜ਼ ਰਸ ਟਕਾ ਔਰ ਉਹਨਾਂ ਦੀ ਇਤਿਹਾਸ ਉੱਪਰ ਪਕੜ ਔਰ ਉਹਨਾਂ ਦੀ ਇਤਿਹਾਸ ਦੀ ਸੰਗਤ ਵਿੱਚ ਪੇਸ਼ ਕਰੀ ਇਹ ਥੋੜ੍ਹੇ ਵੀ ਕੋਈ ਵੱਟ ਵੀ ਲੈ ਸਿਰਫ ਵੀ ਕਰਦਾ ਸਾਂਭ ਵੀ ਲੈ ਬਖਸ਼ਿਸ਼ ਗੁਰੂ ਪਿਆਰਿਓ ਇੱਕ ਤੇ ਦੋ ਚੀਜ਼ਾਂ ਹੈ ਇੱਕ ਤਾਂ ਦਾਤ ਹੈ ਦਾਤ ਬਖਸ਼ਿਸ਼ ਇੱਕ ਹੈ ਵਸਤੂ ਵਸਤੂ ਇੱਕ ਦਾਤ ਇੱਕ ਵਸਤੂ ਵਸਤੂ ਦਾ ਸੰਬੰਧ ਸੰਸਾਰ ਨਾਲ ਹੈ ਦਾਤ ਦਾ ਸੰਬੰਧ ਨਿਰੰਕਾਰ ਗੁਰੂ ਨਾਲ ਦੁਨੀਆ ਦੀ ਕੋਈ ਵੀ ਵਸਤੂ ਬੰਦਾ ਪ੍ਰਾਪਤ ਕਰ ਸਕਦਾ ਜਿਹਦਾ ਸੰਬੰਧ ਸੰਸਾਰ ਸੁੱਖ ਦੇ ਸਾਧਕ ਬੰਦਾ ਪ੍ਰਾਪਤ ਕਰ ਰਿਹਾ ਵੱਡੇ ਅਹੁਦੇ ਪ੍ਰਾਪਤ ਕਰ ਰਿਹਾ ਦੁਨੀਆ ਦੀ ਵਸਤੂ ਧਨ ਨਾਲ ਪ੍ਰਾਪਤ ਹੋ ਜਾਏਗੀ ਬਾਹੂ ਬਲ ਨਾਲ ਪ੍ਰਾਪਤ ਹੋ ਜਾਏਗੀ ਚਤਰਾਈ ਨਾਲ ਪ੍ਰਾਪਤ ਹੋ ਜਾਏਗੀ ਪਰ ਜਿਹੜੀ ਦਾਤ ਹੈ ਬਖਸ਼ਿਸ਼ ਹੈ ਉਹ ਨਾ ਧਨ ਨਾਲ ਪ੍ਰਾਪਤ ਹੁੰਦੀ ਹੈ ਨਾ ਚਤਰਾਈ ਨਾਲ ਪ੍ਰਾਪਤ ਹੁੰਦੀ ਹੈ ਨਾ ਕਿਸੇ ਬਾਹੂ ਬਲ ਨਾਲ ਪ੍ਰਾਪਤ ਹੁੰਦੀ ਹੈ ਉਹਦੇ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਇਹ ਕਨੇਰੀ ਦਾਤ ਆਪਸ ਤੇ ਜੋ ਪਾਈ ਹੈ ਨਾਨਕ ਸਾਖਰਾ ਮਾਨ ਸਾਹਿਬ ਦੁੱਖੇ ਜੋ ਮਿਲੇ ਸਾਹਿਬ ਦੁੱਖਾ ਕਬੀਰ ਸਾਹਿਬ ਦਾ ਸ਼ਬਦ ਬਾਬਾ ਆਪਣੇ ਕਰਮ ਕੀ ਗੱਲ ਮੈਂ ਕਿਆ ਜਾਣਾ ਮੈਂ ਕਿਆ ਜਾਣੂ ਬਾਬਾ ਨਰ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸ ਕਾਇ ਸਮਰੇ ਪੁਰਾਣੇ ਸਮੇਂ ਤੱਕ ਸੁਣਦੇ ਆ ਰਹੇ ਨੇ ਕੋਈ ਗੀਤ ਵੀ ਆਇਆ ਸੀ ਕਿ ਚੰਮ ਵੀ ਕਿਸੇ ਕਮਾਉਣਾ ਪਸ਼ੂਆਂ ਦੇ ਹੱਡ ਦੇਖਣੇ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸ ਕਾਇ ਸਮਰੇ ਪਰ ਗੁਰੂ ਪਿਆਰਿਓ ਬੰਦਾ ਨਰਕੇ ਨੂੰ ਕੰਮ ਆ ਲੋਕ ਸਰੀਰ ਦਾਨ ਕਰਦੇ ਨੇ ਆਪਣਾ ਸਰੀਰ ਦਾਨ ਕਾਹਦੇ ਵਾਸਤੇ ਕਰਦੇ ਕੰਮ ਆਉਂਦੇ ਡਾਕਟਰ ਨੂੰ ਚੂੜੇ ਇੱਕ ਦੂਜੇ 'ਚ ਬਦਲ ਦਿੰਦੇ ਆ ਹੱਡੀਆਂ ਦੇ ਪਾਰਟਸ ਕਿਸੇ ਡੈਡ ਬੋਡੀ 'ਚੋਂ ਲੈ ਕੇ ਦੂਸਰੇ 'ਚ ਬਦਲ ਮੈਡੀਕਲ ਸਾਇੰਸ ਵਿੱਚ ਅੱਖਾਂ ਨੂੰ ਕੋਈ ਐਕਸੀਡੈਂਟ ਹੋ ਜਾਏ ਕਿਸੇ ਦੀ ਮੌਤ ਹੋ ਜਾਏ 8 ਘੰਟਿਆਂ ਦੇ ਅੰਦਰ ਅੰਦਰ ਉਹ ਅੱਖਾਂ ਕਿਸੇ ਨੇਤਰਹੀਣ 'ਚ ਤਬਦੀਲ ਕਰ ਦਿੰਦੇ ਅੰਦਰ ਤੇ ਕੰਮ ਆ ਗਿਆ ਮਰਨ ਤੋਂ ਬਾਅਦ ਕਬੀਰ ਸਿੰਘ ਕਹਿੰਦੇ ਮਰੂ ਮਰੇ ਮੈਂ ਕਾਮ ਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੇ ਖੂਨ ਦਾਨ ਹੁੰਦਾ ਸਰੀਰ ਦਾਨ ਹੁੰਦਾ ਮਰਨ ਤੋਂ ਬਾਅਦ ਨੇਤਰ ਦਾਨ ਹੁੰਦੇ ਨੇ ਕਿ ਮੇਰੀ ਮਰਨ ਤੋਂ ਬਾਅਦ ਮੇਰੀਆਂ ਅੱਖਾਂ ਦਾਨ ਕਿਉਂ ਹੁੰਦੀਆਂ ਦਾਨ ਕੰਮ ਹੁੰਦੀਆਂ ਕਿਸੇ ਚ ਪਾਈਆਂ ਜਾਂਦੀਆਂ
ਕਿਸੇ ਦੇ ਹਨੇਰੇ ਨੂੰ ਰੋਸ਼ਨਾਰ ਦੀਆਂ ਵੀ ਮੌਤ ਤੋਂ ਵੱਧ ਨਹੀਂ। ਕਬੀਰ ਸਾਹਿਬ ਕਹਿੰਦੇ ਨੇ ਨਰੂ ਮਰੇ ਨਰ ਕਾਮ ਨਾ। ਗੁਰਮੁਖ ਪਿਆਰਿਓ ਸਾਇੰਸ ਜਿੰਨੀ ਮਰਜ਼ੀ ਤਰੱਕੀ ਕਰ ਲਏ, ਜਿੰਨੀ ਮਰਜ਼ੀ ਮੈਡੀਕਲ ਸਾਇੰਸ ਤਰੱਕੀ ਕਰ ਲਏ, ਪਰ ਗੁਰਬਾਣੀ ਦਾ ਕਨਸੈਪਟ ਕਦੇ ਝੂਠਾ ਨਹੀਂ ਹੋ ਸਕਦਾ। ਨਰੂ ਮਰੇ ਨਰ ਕਾਮ ਨਾ ਆਵੇ ਹੈ ਭਾਈ। ਹਰ ਮਨੁੱਖ ਦੋ ਤਰ੍ਹਾਂ ਦੀ ਜ਼ਿੰਦਗੀ ਜਿਉਂਦਾ ਹੈ, ਇੱਕ ਬਾਹਰ ਨਹੀਂ ਮੈਂ ਬਾਹਰ ਧਾਰਮਿਕ ਲੱਗ ਰਹੇ ਹਾਂ, ਕਿਰਪਾਨ ਪਾਈ ਹੈ, ਚੋਲਾ ਪਾਇਆ ਹੈ, ਧਾਰਮਿਕ ਵੇਸ਼ ਹੈ, ਮੇਰੇ ਅੰਦਰ ਕਿਹੜਾ ਚੋਲ ਹੈ ਤੁਹਾਨੂੰ ਕੁਛ ਨਹੀਂ ਪਤਾ। ਦੋ ਤਰ੍ਹਾਂ ਦਾ ਜੀਵਨ ਮਨੁੱਖ ਜਿਉਂਦਾ, ਦੋ ਤਰ੍ਹਾਂ ਦਾ। ਮੇਰਾ ਬਾਹਰ ਦਾ ਜੀਵਨ ਜਿਹੜਾ ਸੰਸਾਰ ਨੂੰ ਦਿਖਾਉਣ ਵਾਸਤੇ ਕੁਝ ਹੋਰ ਹੈ, ਪਰ ਮੇਰੇ ਅੰਦਰ ਜਿਹੜਾ ਇੱਕ ਮਨੋਰੰਜ ਹੈ ਉਹ ਕੀ ਹੋ ਰਿਹਾ ਹੈ। ਮਨੁੱਖ ਆਪਣੀਆਂ ਚੰਗਿਆਈਆਂ ਨੂੰ ਸੰਸਾਰ ਦੇ ਅੱਗੇ ਪੇਸ਼ ਕਰਦਾ, ਆਪਣੇ ਚੰਗੇ ਗੁਣਾਂ ਨੂੰ ਸੰਸਾਰ ਅੱਗੇ, ਸਮਾਜ ਅੱਗੇ ਪੇਸ਼ ਕਰਦਾ, ਔਰ ਬੁਰਾਈਆਂ ਨੂੰ ਛੁਪਾ ਕੇ ਰੱਖਦਾ। ਇੱਕ ਸਤਨਾਮ ਸਿੰਘ ਹੈ ਐਸਾ ਜਿਹੜੇ ਕਹੇ ਮੈਂ ਮਰਾਂ ਮਨੁੱਖ ਵਿੱਚ ਆਹ ਪਾਪਣ ਨਹੀਂ, ਆਹ ਪਾਪਣ ਨਹੀਂ। ਉੱਥੇ ਮਹਾਨ ਨੇ ਭਗਤ ਜਿਹੜੇ ਕਹਿ ਰਹੇ ਨੇ ਹਮ ਅਵਗੁਣ ਭਰੇ ਇੱਕ ਗੁਣ ਨਾਹੀ, ਅੰਮ੍ਰਿਤ ਛਾੜ ਪਿੱਛੇ ਖਾਈ, ਮਾਇਆ ਮੋਹ ਭਰਮ ਭੈ ਭੁੱਲੇ, ਸੁਖ ਤਾਰਾ ਸੁਰਪ੍ਰੀਤ ਲਗਾਈ। ਇੱਕ ਉੱਤਮ ਅੰਤ ਸੁਣਿਓ ਗੁਰੂ ਸੰਗਤ ਕਹਿ ਬਿਲੰਤ। ਕਿੰਨੇ ਮਹਾਨ ਨੇ ਸਤਿਗੁਰੂ ਜੀ ਨੇ ਕਹਿ ਰਹੇ ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕਰ ਦੇਸਾ ਮਾਤਰੋ, ਹਮ ਐਸੇ ਤੂੰ ਐਸਾ, ਹਮ ਮੂਰਖ ਤੁਮ ਚਤੁਰ ਧਿਆਨੀ, ਤੂੰ ਸਰਵ ਕਰਾਂ ਕਰ ਗਿਆ। ਦੋ ਤਰ੍ਹਾਂ ਦੀ ਜ਼ਿੰਦਗੀ ਹੈ, ਨਰੂ ਮਰੇ ਨਰ ਕਾਮ ਨਾ ਆਵੇ। ਸਾਇੰਸ ਜਿੰਨੀ ਮਰਜ਼ੀ ਤਰੱਕੀ ਕਰ ਰਹੇ, ਗੁਰਬਾਣੀ ਦਾ ਕਨਸੈਪਟ ਕਦੀ ਝੂਠਾ ਨਹੀਂ ਹੋ ਸਕਦਾ। ਅੰਦਰਲਾ ਮਨੁੱਖ ਜਿਹਦੇ ਪਿਆਰੇ ਮਰ ਗਿਆ, ਇਨਸਾਨੀਅਤ ਕਹਿੰਦੇ ਨੀ, ਸਿਆਣੇ ਕਹਿੰਦੇ ਨੇ ਇਹਦੇ ਅੰਦਰੋਂ ਤਾਂ ਇਨਸਾਨੀਅਤ ਮਰ ਗਈ ਹੈ। ਪਰ ਸਤਨਾਮ ਬੰਦਾ ਤੁਰਿਆ ਜਾਂਦਾ ਕੀ ਮਰ ਗਿਆ, ਸਿਆਣੇ ਮਨੁੱਖ ਕਹਿੰਦੇ ਨੇ ਕਈ ਮਰ ਗਈ, ਇਹਦੇ ਅੰਦਰੋਂ ਤੇ ਇਨਸਾਨੀਅਤ ਮਰ ਗਈ। ਨਰੂ ਮਰੇ ਤੇਰੇ ਅੰਦਰਲੀ ਇਨਸਾਨੀਅਤ ਮਰ ਗਈ, ਨਰੂ ਮਰੇ ਨਰ ਕਾਮ ਨਾ ਆਵੇ। ਤੇਰੇ ਅੰਦਰੋਂ ਮਨੁੱਖ ਮਰ ਗਿਆ, ਪਸ਼ੂ ਪੈਦਾ ਹੋ ਗਿਆ, ਤੂੰ ਕਿਸੇ ਨੂੰ ਕੰਮ ਨਹੀਂ ਆ ਸਕੇਗਾ। ਸਤਨਾਮ ਕੰਮ ਨਹੀਂ ਆ ਸਕੇ, ਨਰੂ ਮਰੇ ਨਰ ਕਾਮ ਨਾ ਆਵੇ। ਮਾਰਨਾ ਦੇ ਅੰਦਰ ਜਿਹੜਾ ਪਸ਼ੂ ਹੈ, ਪਸ਼ੂ ਮਰੇ ਦਸ ਕਾਜ ਸੁਣਾਇਆ, ਗੁਰੂ ਦਾ ਸ਼ਬਦ ਗੁਰੂ ਦਾ ਗਿਆਨ ਮੇਰੇ ਅੰਦਰਲੇ ਪਸ਼ੂ ਨੂੰ ਮਾਰ ਦੇਗਾ। ਗੁਰੂ ਦੇ ਗਿਆਨ ਦੀਆਂ ਕਿਰਨਾਂ ਬਾਣ ਗੁਰੂ ਦੇ ਬਾਂਸ ਕੇ ਪਸ਼ੂ ਨੂੰ ਅੰਦਰਲੇ ਨੂੰ ਮਾਰ ਗਏ, ਤੂੰ ਇੱਕ ਨਹੀਂ ਦਸ ਲੋਕਾਂ ਦੇ ਕਾਜ ਸੁਣਾਏਗਾ। ਸਤਨਾਮ ਆਓ ਇਹ ਛੋਟਾ ਸ਼ਬਦ ਕਿ ਫਿਰ ਆਨੰਦ ਸਾਹਿਬ ਸਤਿਗੁਰਾਂ ਦੇ ਚਰਨਾਂ ਚ ਅਰਦਾਸ। Thank you.
ਇੱਕ ਇੱਕ
ਕੌਮੀ ਤੌਰ ਤੇ ਢਾਡੀਆਂ ਦਾ ਵੀ ਕੋਈ ਚੇਅਰਮੈਨ ਜਾਂ ਚੇਅਰ ਸਥਾਪਿਤ ਕਰ ਦਿੱਤਾ ਪਰ ਨਹੀਂ ਗੁਰਮਤਿ ਪਿਆਰੋ ਇਹ ਸਮਾਂ ਸੀ ਸਮਾਂ ਹੈ ਖੁਆਰ ਹੋਏ ਸਭ ਜਿਹੜੇ ਬੱਚੇ ਸਭ ਜਿਹੜੇ ਗੁਰੂ ਹਜੇ ਵੀ ਪੌੜੀ ਕਰੇ ਉਹ ਅਕਾਲੀ ਜਿਨ੍ਹਾਂ ਦਾ ਮਾਣ ਸਤਿਕਾਰ ਜਿਨ੍ਹਾਂ ਨੂੰ ਲੋਕ ਘਰੇ ਬੁਲਾ ਕੇ ਪ੍ਰਸ਼ਾਦਾ ਛਕਾਉਂਦੇ ਸੀ ਘਰ 'ਚ ਚਰਨ ਪਾਉਂਦੇ ਸੀ ਇਹ ਮੇਰੇ ਸਤਿਗੁਰੂ ਉਹ ਸਮਾਂ ਹੋ ਕੇ ਫਿਰ ਆ ਜਾਏਗਾ ਕੋਈ ਸਤ ਵਾਪਸ ਫਿਰ ਆ ਆਓ ਆਨੰਦ ਸਾਹਿਬ ਦਾ ਕੀਰਤਨ ਅਤੇ ਸਤਿਗੁਰ ਦੀ ਚਾਲੀ ਚਾਲੀ ਰਾਮ ਕਲੀ ਮਹਲਾ ਤੀਜਾ ਆਨੰਦ ਕੋਲਕਾ ਸਤਿਸ਼ ਆਨੰਦ ਫੈਲਿਆ ਮੇਰੀ ਕਹਿ ਨਾ ਮਾਰ ਨਾ ਤੂੰ
वाहे गुरु वाहे
ਪਰਤੇ ਬਿਰਧ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਣੀ ਗੁਰਡਾ ਜੀ ਸ੍ਰੀ ਵਾਖਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸ਼ਨਾਨ ਚੌਕੀਆਂ ਝੜਦੇ ਬੁੰਦੇ ਜੁਗੋ ਜੁਗਾ ਟਾਂਗਾ ਧਰਮ ਕਾ ਜੈਕਾਰ ਗੁਰਨਾ ਜੀ ਸ੍ਰੀ ਵਾਹਿਗੁਰੂ ਆਪ ਹੀ ਸਿੱਖਾਂ ਦਾ ਬਾਣੀ ਬਾ ਬਾਬੂਚੀ ਮਾਤਾ ਦਾ ਰਾਖਾ ਹੀ ਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਾਤਾ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਹਨਾਂ ਤੋਂ ਪਿਆਰੇ ਪੰਥ ਖਾਲਸਾ ਜੀ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਨ ਤੇ ਸੇਵਾ ਸੁਭਾਵ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਵਾਣਿਆਂ ਦੇ ਮਾਣ ਗੁਰੂ ਨੇ ਦਾਣਿਆਂ ਦੇ ਤਾਣ ਗੁਰੂ ਨਿਉਟਿਆਂ ਦੇ ਯੋਗ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਹੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਜਿਹੜਾ ਜੀ ਲਿਖਿਆ ਤੇਰਾ ਹੁਕਮ ਕਮਾ ਜੀ ਘੱਲਿਆ ਮੈਂ ਨਾਨਕਾ ਸੱਦੇ ਉੱਠੀ ਜਾਹੇ ਦੇ ਮਹਾਂਵਾਕ ਅਨੁਸਾਰ ਆਪ ਜੀ ਦੇ ਚਰਨ ਸੇਵਕ ਜਥੇਦਾਰ ਭਾਨ ਸਿੰਘ ਜੀ ਧੌੜਾ ਸੱਚੇ ਪਾਤਸ਼ਾਹ ਜੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰੇ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਅੰਤਮ ਅਰਦਾਸ ਨੂੰ ਮੁੱਖ ਰੱਖਦੇ ਹੋਇਆ ਆਪ ਜੀ ਦੇ ਪਾਵਨ ਪਵਿੱਤਰ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਬਦ ਕੀਰਤਨ ਹੋਇਆ ਹੈ ਕਥਾ ਵਿਚਾਰਾਂ ਹੋਈਆਂ ਹਨ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਅੱਗੇ ਵਾਸਤੇ ਨੂੰ ਸੋ ਮਤ ਬਖਸ਼ਣੀ ਕਿਰਪਾ ਕਰਨੀ ਬਖਸ਼ਿਸ਼ ਕਰਨੀ ਉਸ ਵਿਛੜੀ ਹੋਈ ਆਤਮਾ ਨੂੰ ਆਵਾਗਾਉਣ ਦੇ ਚੱਕਰਾਂ ਤੋਂ ਬਚਾ ਕੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ ਪਰਿਵਾਰ ਨੂੰ ਭਾਣਾ ਮੰਨਣ ਦੀ ਬਲ ਬੁੱਧੀ ਬਖਸ਼ਣੀ ਕਿਰਪਾ ਕਰਨੀ ਬਖਸ਼ਿਸ਼ ਕਰਨੀ ਸੇਵਕ ਪਰਿਵਾਰ ਦੀ ਚੜ੍ਹਦੇ ਕਲਾ ਕਰਨੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣੀ ਸੇਵਕਾਂ ਦੇ ਕਿਰਤ ਕਮਾਈ ਵਿੱਚ ਵਾਧਾ ਕਰਨਾ ਆਣ ਧਨ ਵਿੱਚ ਵਾਧਾ ਕਰਨਾ ਨਾਮ ਦੀਆਂ ਦਾਤਾਂ ਅੰਮ੍ਰਿਤ ਦੀਆਂ ਦਾਤਾਂ ਬਖਸ਼ਣੀਆਂ ਉਤਾਰਨਾ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਵਿੱਚ ਲਾਉਣਾ ਗੁਰਮਤ ਅਨੁਸਾਰ ਸੰਗਤਾਂ ਦੀਆਂ ਮਨੋਕਾਮਨਾਵਾਂ ਸੰਪੂਰਨ ਕਰਨੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਸ੍ਰੀ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਿਰਪਾ ਕਰਕੇ ਭੋਗ ਲਓ ਭੋਗ ਲੱਗਿਆ ਸ਼ੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਕਿਰਪਾ ਕਰੋ ਅਲਾਹੀ ਦਰਗਾਹ ਦੀ ਹੁਕਮ ਬਖਸ਼ ਕੇ ਨਿਹਾਲ ਕਰੋ ਸਹੀ ਪਿਆਰੀ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਿਆ ਮੈਂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇਆ ਗਿਆ ਭਈ ਅਕਾਲ ਕੀ ਤਬੇ ਚਲਾਓ ਸਾਸ ਖਲ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲੋ ਚੈ ਖੋਜ ਸ਼ਬਦ ਪੈ ਰਾਜ ਕਰੇਗਾ ਖਾਲਸਾ ਕੀ ਰਹਿ ਨਾ ਖਾਰ ਹੋਈ ਸਾ ਮਿਲਣਗੇ ਬਚੈ ਸ਼ਬਦ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਜੋ ਸ਼ਰਦਾ ਕਰ ਸੇਵ ਦੇ ਗੁਰ ਪਾਰ ਉਤਾਰ ਜੋ ਸ਼ਰਦਾ ਕਰ ਸੇਵ ਦੇ ਗੁਰ ਪਾਰ ਉਤਾਰ ਸਤਨਾਮ ਵਾਹਿਗੁਰੂ ਸਾਹਿਬ ਜੀ।
I'm going to go to the hospital.
ਟੈਲੀਕਾਸਟ ਕੋਲ ਲੋਕ ਤਾਂ ਕਦੇ ਕਦੇ ਲਾਈਵ ਹੁੰਦਾ ਪਰ ਉਹ ਜੀ ਨਾ ਕੋਈ ਨਾ ਕਦੇ ਕਦੇ ਲਾਈਵ ਹੁੰਦਾ ਉਹ ਜ਼ਿਆਦਾ ਹੁੰਦਾ ਉਹ ਵੀ ਤਾਂ